ਇਹ ਭਾਜੀ ਸਾਡਾ ਚਾਰਟ ਹੈਗਾ ਸਾਰਾ ਹੀ ਬੇਸਿਕ ਸਰਵਿਸਿੰਗ ਦਾ, ਠੀਕ ਹੈ, ਮਰੂਤੀ ਹਿਉਂਡਈ ਟੋਇਟਾ ਇਹ ਚੀਜ਼ ਹੈ, ਤੇ ਉਹਦੇ ਨਾਲ ਇਹ ਤਾਂ ਹੈਗੀ ਬੇਸਿਕ ਸਰਵਿਸ, ਠੀਕ ਹੈ, ਜਿਹਦੇ ਵਿੱਚ ਅਸੀਂ ਬੇਸਿਕ ਇੰਜਨ ਆਇਲ ਸਿੰਥੈਟਿਕ ਯੂਜ਼ ਕਰਦੇ, ਠੀਕ ਹੈ ਇੱਥੋਂ। ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ, ਉਮੀਦ ਆ ਸਾਰੇ ਵਧੀਆ ਹੋਣਗੇ। ਮੈਂ ਹੈਗਾ ਦਿਆਕਰਨ, ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ। ਤੁਸੀਂ ਕਹਿੰਦੇ ਨੇ ਬਾਈ ਨੇ ਅੱਜ ਕਾਰ 'ਚ ਸਟਾਰਟ ਕਰਤਾ ਵਲੌਗ, ਵੈਸੇ ਪਰ ਤੁਸੀਂ ਸਟਾਰਟਿੰਗ ਕਵਰ ਫੋਟੋ ਵੇਖ ਕੇ ਵਲੌਗ ਖੋਲਿਆ ਹੋਣਾ ਆਏ ਨੂੰ, ਬਹੁਤ ਸਾਰੇ ਜਾਣਿਆ ਨੇ। ਤੇ ਬਾਈ ਫਿਲਹਾਲ ਅਸੀਂ ਹੈਗੇ ਹਾਂ ਚੰਡੀਗੜ੍ਹ, ਤੇ ਜਿਹੜੇ ਵੀ ਬੰਦੇ ਚੰਡੀਗੜ੍ਹ ਦੇ ਆਲੇ ਦੁਆਲੇ ਟਰਾਈ ਸਿਟੀ ਦੇ ਆਲੇ ਦੁਆਲੇ ਆ, ਜਾਂ ਲਾਈਕ ਪੰਚਕੂਲਾ ਜਾਂ ਇੱਧਰ ਦੇ ਜੀਰਕਪੁਰ ਜਾਂ ਪੰਜਾਬ ਵਾਲੇ ਬੰਦੇ ਵੀ ਹੈਗੇ ਆ, ਤੇ ਉਹ ਬਹੁਤ ਸੋਹਣੀਆਂ ਸਰਵਿਸਿਸ ਵਗੈਰਾ ਭਾਲਦੇ ਆ, ਗੱਡੀਆਂ ਦੀਆਂ ਲਗਜ਼ਰੀ ਸੈਗਮੈਂਟ ਦੀ ਸਰਵਿਸ ਵਗੈਰਾ ਭਾਲਦੇ ਆ, ਬਹੁਤ ਹੀ ਜਾਇਜ਼ ਰੇਟਾਂ ਤੇ, ਲਾਈਕ ਵੀ ਬਹੁਤ ਹੀ ਲਾਈਕ ਬਾਈ ਹੁਣੀ ਸਕੀਮਸ ਵਗੈਰਾ ਚਲਾਉਂਦੇ ਹੁੰਦੇ। ਤੇ ਆਪਾਂ ਜਾ ਰਹੇ ਹਾਂ SBM ਪ੍ਰੀਮੀਅਮ ਮੋਟਰ ਗਰਾਜ ਪੰਚਕੂਲੇ, ਠੀਕ ਹੈ, ਆਲਵੇਜ਼ ਆਪਣੀ ਗੱਡੀ ਦੀ ਸਾਰੀ ਸਰਵਿਸਿੰਗ ਵਗੈਰਾ ਜਾਂ ਹੋਰ ਵੀ ਇੱਥੋਂ ਕੰਮ ਹੁੰਦਾ। ਤੇ ਬਾਈ ਨੇ ਹੁਣ ਵਨ ਰੂਫ ਕਹਿੰਦੇ ਹੁੰਦੇ ਆ ਵੀ ਬਾਈ ਇੱਕ ਬੜਾ ਵਧੀਆ ਨਾਮ ਲੈਂਦੇ ਹੁੰਦੇ, ਅਸੀਂ ਬਾਈ ਕੋਲ ਜਾ ਕੇ ਤੁਹਾਨੂੰ ਸੁਣਾਵਾਂਗੇ। ਤੇ ਬਾਈ ਹੁਣਾਂ ਨੇ ਸਾਰਾ ਕੰਸੈਪਟ ਜਿਹੜਾ ਹੈ ਆਪਣੇ ਗਰਾਜ 'ਚ ਹੀ ਰੱਖ ਲਿਆ, ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਬਾਡੀ ਕਿਟਸ ਹੋ ਗਈਆਂ, ਮਿਊਜ਼ਿਕ ਸਿਸਟਮ ਵਗੈਰਾ ਨੇ, ਬਹੁਤ ਲਾਈਕ ਬਾਈ ਨੇ ਅਪਗ੍ਰੇਡ ਕਰ ਲਿਆ ਗਰਾਜ ਨੂੰ। ਵੈਸੇ ਤਾਂ ਬਾਈ ਹੁਣੀ ਪੇਂਟ ਕਰਕੇ ਜ਼ਿਆਦਾ ਜਾਣੇ ਜਾਂਦੇ ਨੇ, ਮਕੈਨੀਕਲ ਕੰਮ ਲਈ ਜਾਣੇ ਜਾਂਦੇ ਨੇ ਲਗਜ਼ਰੀ ਸੈਗਮੈਂਟ ਲਈ। ਤੇ ਉਹ ਆਪਾਂ ਵੀ ਅੱਜ ਚੱਲਦੇ ਹਾਂ ਫੋਰਚੂਨਰ ਵਾਵਾ ਆਪਣੀ ਚੱਲ ਗਈ ਸੀ ਦੋਰੇ, ਕਿਉਂਕਿ ਸਰਵਿਸਿੰਗ ਤੋਂ ਬਿਨਾਂ ਗੱਡੀਆਂ ਜਿਹੜੀਆਂ ਨੇ ਕਹਿੰਦੇ ਹੁੰਦੇ ਵੀ ਜਿੱਦਾਂ ਆਪਾਂ ਵੀ ਰੋਟੀ ਰੋਜ਼ ਖਾਂਦੇ ਹਾਂ ਤੇ ਗੱਡੀ ਨੂੰ ਵੀ ਥੋੜ੍ਹੀ ਬਹੁਤੀ ਸਰਵਿਸਿੰਗ ਵਗੈਰਾ ਚਾਹੀਦੀ ਹੁੰਦੀ ਹੈ, ਤੇ ਉਹਦੇ ਚੈੱਕਅਪ ਲਈ ਵੀ ਸੀਗਾ। ਅੱਜ ਵੀ ਜਿਹੜੇ ਆ ਤੁਹਾਨੂੰ ਬੈਸਟ ਰੇਟਾਂ ਦੇ ਉੱਤੇ ਸਰਵਿਸ ਦੱਸਾਂਗੇ ਵੀ ਕਿੰਨੇ ਦੇ ਘੱਟੋ ਘੱਟ ਤੇ ਵਧੀਆ ਤੋਂ ਵਧੀਆ ਹੋ ਜਾਂਦੀ ਹੈ। ਇਹ ਵੀ ਨਹੀਂ ਵੀ ਮਾੜੇ ਤੇਲ ਜਾਂ ਕੁਛ ਵੀ, ਬਾਈ ਹੋਣਾਂ ਕੋਲ ਸਾਰਾ ਕੁਛ ਬ੍ਰਾਂਡ ਨੇ, ਬਟ ਮੇਨ ਗੱਲ ਕੀ ਹੈ ਕਿ ਬਾਈ ਹੋਣਾਂ ਕੋਲ ਸਾਰੀਆਂ ਆਪਦੀਆਂ ਡੀਲਰਸ਼ਿਪਸ ਨੇ, ਦੈਟਸ ਵਾਈ ਕਿ ਉਹ ਥੋੜ੍ਹਾ ਸਸਤਾ ਦਿੰਦੇ ਆ। ਤੇ ਉਹ ਚੱਲਦਿਆਂ ਤੁਹਾਨੂੰ ਵੀ ਮਿਲਾਉਂਦੇ ਆ ਬਾਈ ਹੋਣਾਂ ਦਾ, ਵੈਸੇ ਤਾਂ ਜਿਹੜੇ ਪੁਰਾਣੇ ਬੰਦੇ ਜੁੜੇ ਉਹਨਾਂ ਨੂੰ ਪਤਾ ਹੀ ਹੋਊਗਾ। ਤੇ ਚੰਡੀਗੜ੍ਹ ਫਿਲਹਾਲ ਕ੍ਰੋਸ ਕਰ ਰਹੇ ਹਾਂ, ਰੂਲਸ ਵਗੈਰਾ ਜਿਹੜੇ ਇੱਥੇ ਪ੍ਰੋਪਰ ਫੋਲੋ ਕਰਨੇ ਪੈਂਦੇ ਆ, ਅਦਰਵਾਈਜ਼ ਨਹੀਂ ਤਾਂ ਚਲਾਨ ਤੁਹਾਡੇ ਫੋਨ 'ਤੇ ਹੀ ਆ ਜਾਂਦਾ, ਦੂਰ ਜਾਣ ਦੀ ਲੋੜ ਨਹੀਂ ਪੈਂਦੀ। ਆਓ ਚੱਲਦੀ। ਹਾਂਜੀ ਵੀ ਦੋਸਤੋ, ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਗਰਾਜ ਦੇ ਵਿੱਚ, ਗੱਡੀ ਸਾਡੀ ਉਹਨਾਂ ਨੇ ਲਾ ਲਈ ਆ ਆਪਣੇ ਲਾਈਕ ਫਲੋਰ ਦੇ ਉੱਤੇ, ਇੱਥੇ ਲਾਉਂਦੇ ਹੁੰਦੇ ਆ। ਆਓ ਬਾਈ ਨਾਲ ਵੀ ਗੱਲ ਕਰਦੇ ਹਾਂ, ਤੇ ਬਾਕੀ ਇਹ ਸਾਰਾ ਸੈਟਅਪ ਇੱਥੇ ਮਿਲ ਜੂਗਾ। ਬਾਈ ਜੀ ਕੀ ਹਾਲ ਚਾਲ ਹੈ? ਨਮਸਕਾਰ, ਠੀਕ ਠਾਕ? ਵਧੀਆ ਵਧੀਆ ਜੀ। ਤੇ ਬਾਈ ਦੇ ਮਾਈਕ ਵੀ ਨਾਲ ਲਾਉਣਾ ਪੈਂਦਾ ਕਿਉਂਕਿ ਆਵਾਜ਼ ਕਿਵੇਂ ਦੀ ਘੱਟ ਆਉਂਦੀ। ਸਾਰਾ ਕੰਮ ਜਿਹੜਾ ਵਾ ਲਾਈਕ ਪ੍ਰੋਫੈਸ਼ਨਲ ਤਰੀਕੇ ਨਾਲ ਹੁੰਦਾ, ਪ੍ਰੋਪਰ ਜੋਬ ਕਾਰਡ ਵਗੈਰਾ ਬਣਦਾ ਇੱਥੇ, ਵੈਸੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਫੜੋ ਬਾਈ। ਤੇ ਬਾਈ ਨੇ ਮੈਨੂੰ ਪੁੱਛਿਆ ਵੀ ਲਾਈਕ ਕੀ ਕਰਨਾ। ਬਾਈ ਵੈਸੇ ਹੁਣ ਆਪਾਂ ਜੀ ਨਾਰਮਲ ਸਰਵਿਸ ਹੀ ਕਰ ਰਹੇ ਹਾਂ, ਜਿਹਦੇ ਵਿੱਚ ਕਿ ਲਾਈਕ ਆਪਣੀ ਇਹ 10,000 ਬਾਅਦ ਹੀ ਹੁੰਦੀ ਆ, ਹਨਾ? ਬਿਲਕੁਲ ਸਰ। ਤੇ ਇਹ 'ਚ ਫਿਰ ਕੀ ਕੀ ਆਪਾਂ ਚੇਂਜ ਕਰਦੇ ਹਾਂ 10,000 ਵਾਲੀ ਸਰਵਿਸ 'ਚ? 10 ਜਾਂ ਫਿਰ ਸਰ 10 ਮਤਲਬ 1000 ਕਿਲੋਮੀਟਰ, ਹਾਂ, ਔਰ 1 ਈਅਰ। ਅੱਛਾ, ਜਾਂ 1 ਸਾਲ। ਓਕੇ ਜੀ ਸਰ, ਠੀਕ ਹੈ ਸਰ। ਇਸ ਵਿੱਚ ਆਪਣਾ ਹੋਏਗਾ ਸਰ ਇੰਜਨ ਆਇਲ ਹੋ ਗਿਆ, ਓਇਲ ਫਿਲਟਰ ਹੋ ਗਿਆ। ਦੱਸ ਦਿੰਦੇ ਆ ਬਾਈ ਨੇ ਨੋਟ ਕੀਤਾ ਹੋਇਆ। ਅੱਛਾ, ਸਰਵਿਸ ਦੇ ਵਿੱਚ ਆ ਜਾਂਦਾ ਇੰਜਨ ਆਇਲ ਆ ਜਾਂਦਾ, 에ਅਰ ਆਇਲ ਫਿਲਟਰ ਆ ਗਿਆ, 에ਅਰ ਫਿਲਟਰ ਆ ਗਿਆ ਜੀ ਸਰ, AC ਫਿਲਟਰ ਤੇ ਫਿਊਲ ਫਿਲਟਰ ਜੀ ਸਰ, ਬਿਲਕੁਲ ਸਰ, ਠੀਕ ਹੈ। ਔਰ ਸਰ ਫੁੱਲ ਕਾਰ ਇਨਸਪੈਕਸ਼ਨ, ਠੀਕ ਹੈ, ਸਕੈਨਿੰਗ ਹੋ ਗਈ, ਓਕੇ, ਔਰ ਵਾਸ਼ਿੰਗ ਹੋ ਗਈ ਸਰ। ਅੱਛਾ, ਸਾਰਾ ਕੁਝ ਹੀ ਆ ਜਾਂਦਾ ਜੀ ਇਸ ਵਿੱਚ ਸਰ? ਆਪਕੇ ਨਾ ਬ੍ਰੇਕ ਪੈਡ ਵੀ ਇਨਕਲੂਡ ਹੈ ਸਰ? ਠੀਕ ਹੈ। ਹਾਂ, ਮੇਰੇ ਆਵਾਜ਼ ਕਰਦੇ ਆ ਜੀ, ਠੀਕ ਹੈ। ਔਰ ਸਰ ਰੀਅਰ ਲੈਦਰ ਹੋ ਗਏ ਜਾਂ ਫਿਰ ਪੈਡ ਹੋ ਗਏ, ਠੀਕ ਹੈ, ਸਮਥਿੰਗ ਹੋ ਗਈ, ਔਰ ਪੋਲ ਸਸਪੈਂਸ਼ਨ ਚੈੱਕ ਹੋ ਗਈ ਸਰ? ਚੈੱਕ ਹੋ ਗਈ, ਠੀਕ ਹੈ। ਇਸਮੇ ਆਪਕੇ ਸਰ ਆਰਮ ਆ ਗਈ, ਲਿੰਕ ਆ ਗਈ ਸਰ, ਸਾਰਾ ਕੁਝ ਆ ਜਾਏਗਾ ਜੀ ਸਰ। ਔਰ ਸਰ ਪਤਾ ਇਸਕੇ ਪਤਾ ਲਾਵਾ ਜੋ ਵੀ ਸਮਥਿੰਗ ਹੈ ਸਰ ਸਸਪੈਂਸ਼ਨ ਮੇਂ, ਮਤਲਬ ਕਹਿਣ ਦਾ ਭਾਅ ਕਿ ਬਾਈ ਜੇ ਕੋਈ ਗੱਡੀ 'ਚ ਪ੍ਰੋਬਲਮ ਆ ਰਹੀ ਹੈ ਜਾਂ ਕੁਛ ਵੀ ਆ ਰਹੀ ਹੈ, ਉਹ ਵੀ ਦੱਸ ਸਕਦੇ ਹੋ। ਬਾਈ ਉਹਨਾਂ ਕੋਲ ਪ੍ਰੋਪਰ ਸਕੈਨਰਸ ਵਗੈਰਾ ਹੈਗੇ ਆ, ਸਾਰਾ ਲਾ ਕੇ ਚੈੱਕ ਕਰ ਲੈਂਦੇ ਆ। ਤੇ ਫਿਲਹਾਲ ਇਹਨਾਂ ਨੇ ਮੇਰੀ ਗੱਡੀ ਖੋਲ ਲਈ ਹੋਈ ਹੈ, ਮੈਂ ਦੱਸਤਾ ਸੀ ਪਹਿਲਾਂ ਹੀ, ਅਸੀਂ ਸ਼ੂਟ ਨਹੀਂ ਹੋ ਲਿਆ ਸਕੇ। ਓਕੇ, ਆਹ ਜਿਹੜਾ ਵਾ ਕਿ ਬਾਈ 에ਅਰ ਫਿਲਟਰ ਹੈ, ਵੈਸੇ ਅਜੇ ਚੱਲ ਸਕਦਾ ਹੈ, ਪਰ ਬਾਈ ਹੁਣੀ ਕਹਿੰਦੇ ਵੀ ਬਦਲ ਦਿੰਦੇ ਆ, ਕੋਈ ਗਾਂ ਸਿਆਲ ਵੀ ਆ ਰਿਹਾ। ਤੇ ਉਹ ਡੀਜ਼ਲ ਫਿਲਟਰ ਜਿਹੜਾ ਕਿ ਇਹ ਸਾਡਾ ਖੋਲ ਰਹੇ ਨੇ, ਸਾਰਾ ਡੀਜ਼ਲ ਫਿਲਟਰ ਹੈ, ਤੇ ਇਹ ਵੀ ਸਾਰਾ ਚੇਂਜ ਕੀਤਾ ਜਾਊਗਾ। ਵੈਸੇ ਕਿੰਨੇ ਕਿਲੋਮੀਟਰ ਡੀਜ਼ਲ ਫਿਲਟਰ ਚੇਂਜ ਕਰਨਾ ਚਾਹੀਦਾ ਹੈ?
ਇਹ ਸਰ ਸਰ ਆਪਣਾ ਉੱਤਰ 2 ਸਾਲ ਜਾਂ ਫਿਰ 20,000 ਕਿਲੋਮੀਟਰ 20,000 ਕਿਲੋਮੀਟਰ ਠੀਕ ਹੈ। ਵੈਸੇ ਮੇਰਾ ਕਿਉਂਕਿ ਮੈਂ ਪਿਛਲੀ ਸਰਵਿਸ 'ਤੇ ਨਹੀਂ ਕਰਾਇਆ ਤਾਂ ਫਿਰ ਐਰਕਾ ਮੈਂ ਕਿਹਾ ਵੀ ਕਰ ਦਿਓ, ਗੱਡੀ ਚੱਲਦੀ ਬੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੈ ਨਾ, ਅਤੇ ਬਾਕੀ ਬਈ ਤੇਲ ਵਗੈਰਾ ਫਿਰ ਅੱਜ ਕੱਲ੍ਹ ਕਿਹੜੇ ਆਪਣੇ ਕੋਲ ਚੱਲ ਰਹੇ ਆ, ਸਰ ਆਪਾਂ ਸਰ ਨੂੰ ਪੁੱਛ ਲੈਂਦੇ ਸਰ ਆਏ ਹੋਏ ਆ। ਹਾਂ ਬਿਲਕੁਲ ਆਏ ਹੋਏ, ਬਾਕੀ ਬਈ ਸਰ ਸਰ ਨਾਲ ਵੀ ਮਿਲਾਉਂਦਾ ਹੈ ਨਾ, ਆ ਜਾਓ ਦਿਖਾ ਦਿੱਤਾ, ਆ ਜਾਓ ਸਰ ਨਾਲ ਵੀ ਆਉਂਦੇ ਹਾਂ, ਫਿਰ ਤੁਹਾਨੂੰ ਅਸੀਂ ਗਰਾਜ ਵਲੋਗ ਵੀ ਸਾਰਾ ਦੇਵਾਂਗੇ, ਆ ਜਾਓ ਨਾਲ ਨਾਲ ਹੀ। ਵੈਸੇ ਇਹਨਾਂ ਕੋਲ ਤੁਹਾਨੂੰ ਸਾਰਾ ਕੁਛ ਹੀ ਬਾਈ ਇੱਥੇ ਮਿਲ ਜਾਂਦਾ, ਲਾਈਕ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਆਓ ਚੱਲਦੇ ਹਾਂ ਅੰਦਰ। ਤਾਂ ਬਾਈ ਇਹ ਸਾਰਾ ਇਹਨਾਂ ਦਾ ਆਫਿਸ ਹੈ ਠੀਕ ਹੈ, ਪਰ ਬਾਈ ਹੁਣਾਂ ਨੇ ਇੱਥੇ ਜਦੋਂ ਵੀ ਮੈਂ ਆਵਾਂ ਕੁਛ ਨਾ ਕੁਛ ਨਵਾਂ ਹੀ ਸਾਨੂੰ ਵੇਖਣ ਨੂੰ ਮਿਲਦਾ, ਕਿਉਂਕਿ ਬਾਈ ਹੁਣੀ ਖੁਦ ਇਹ ਸ਼ੌਂਕ ਨਾਲ ਗਰਾਜ ਰਨ ਕਰਦੇ ਆ ਸਾਰਾ, ਕੋਈ ਲਾਈਕ ਪ੍ਰੋਪਰ ਤੁਸੀਂ ਇੱਥੇ ਵੇਖ ਸਕਦੇ ਹੋ ਵੀ ਹਰੇਕ ਚੀਜ਼ ਸ਼ੌਂਕ ਨਾਲ ਮਿਲੂਗੀ, ਤੇ ਤੁਹਾਨੂੰ ਬ੍ਰਾਂਡਸ ਉਹ ਮਿਲਣਗੇ ਇੱਥੇ ਤੇਲ ਵਗੈਰਾ ਦੇ ਜਾਂ ਸਾਰੇ ਵੀ ਗੱਲ ਹੀ ਨਹੀਂ ਕਰਨ ਵਾਲੀ। ਬਾਈ ਜੀ ਕੀ ਹਾਲ ਚਾਲ ਹੈ? ਠੀਕ ਠਾਕ, ਵਧੀਆ ਬਾਈ, ਤੁਸੀਂ ਸੁਣਾਓ ਕਿਵੇਂ? ਬਹੁਤ ਵਧੀਆ। ਇਹ ਆਪਣੇ ਬਾਈ ਹੁਣੀ ਨੇ ਵੈਸੇ ਸਾਰੇ ਇਹ ਓਨਰ ਨੇ ਜਿੱਦਾਂ ਵੀ ਆਪਾਂ ਪਹਿਲਾਂ ਵੀ ਦੱਸਦੇ ਹੁੰਦੇ ਆ ਤੁਹਾਨੂੰ, ਤੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਸ ਚੀਜ਼ ਦੀ, ਤੇ ਬਾਈ ਵੈਲਕਮ ਅਗੇਨ ਸਾਡੇ ਚੈਨਲ ਦੇ ਉੱਤੇ। ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਪਾਂ ਤਾਂ ਥੈਂਕ ਯੂ ਸੋ ਮਚ ਬਾਈ। ਤੇ ਕਾਫੀ ਲੋਕ ਆਉਂਦੇ ਹੁੰਦੇ ਆ, ਭਰਾ ਆਉਂਦੇ ਹੁੰਦੇ ਆ ਤੁਹਾਡਾ ਰੈਫਰੈਂਸ ਲੈ ਕੇ, ਤੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ SBA ਪ੍ਰੀਮੀਅਮ ਮੋਟਰ ਗਰਾਜ। ਪ੍ਰੀਮੀਅਮ ਗਰਾਸ ਦੇ ਵਿੱਚ ਆਉਂਦੇ ਆ, ਲਗਜ਼ਰੀ ਚ ਆਉਂਦੇ ਨੇ, ਬਹੁਤ ਸਾਰੇ ਤੁਹਾਡੇ ਜਿਹੜੇ ਦੋਸਤ ਆ ਸਾਡੇ ਨਾਲ ਉਹ ਵੀ ਜੁੜ ਜਾਂਦੇ ਆ, ਤੇ ਚਲੋ ਵਿਊਵਰਸ ਨੂੰ ਵੀ ਹੁੰਦਾ ਕਿ ਸਾਨੂੰ ਕੰਟੈਂਟ ਦੇਖਣ ਨੂੰ ਮਿਲ ਜਾਏ, ਉਹਨਾਂ ਦੀ ਹੈਲਪ ਹੋ ਜਾਏ, ਤੇ ਇਦਾਂ ਹੀ ਰਿਲੇਸ਼ਨਸ ਹਨਾ। ਤੇ ਹੁਣ ਇਹ ਵੀ ਬਾਈ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਹਾਂ, ਆਪਾਂ ਇੱਥੇ ਹੀ ਕਿਉਂ ਆਉਂਦੇ ਹਾਂ, ਕੁਛ ਖਾਸ ਹੈਗਾ ਤੇ ਤਾਂ ਹੀ ਬਾਈ ਕੋਲੇ ਆਉਂਦੇ ਹਾਂ। ਤੇ ਬਾਈ ਜਿੱਦਾਂ ਅੱਜ ਵੀ ਮੈਂ ਹਨਾ ਸਰਵਿਸ ਲਈ ਹੀ ਆਇਆ ਸੀ ਆਪਣੀ ਗੱਡੀ ਲਈ, ਵੈਸੇ ਤਾਂ ਮੈਨੂੰ ਪਤਾ ਆਪਾਂ ਅੱਜ ਕੱਲ੍ਹ ਸਾਰਾ ਕੁਛ ਹੀ ਰੱਖ ਲਿਆ ਹਨਾ, ਵੀ ਲਾਈਕ ਅਸੈਸਰੀਜ਼ ਰੱਖ ਲਈਆਂ, ਆਡੀਓਜ਼ ਰੱਖ ਲਏ ਹਨਾ, ਮੈਂ ਰੀਲਸ ਦੇਖਦਾ ਹੁੰਦਾ ਇੰਸਟਾਗ੍ਰਾਮ ਤੇ, ਤੁਸੀਂ ਨੇ ਪਾਇਆ ਹੋਇਆ ਅੱਜ ਕੱਲ੍ਹ, ਤੇ ਅੱਜ ਕੱਲ੍ਹ ਕੁਛ ਨਵਾਂ ਵੀ ਐਡ ਆਨ ਕੀਤਾ ਹੈ ਸਰਵਿਸਿੰਗ 'ਚ ਵੀ ਜਾਂ ਉੱਦਾਂ ਵੀ? ਹਾਂਜੀ ਭਾਅ ਜੀ, ਇੱਕ ਤਾਂ ਅਸੀਂ ਤੁਸੀਂ ਚੇਂਜਸ ਥੋੜੇ ਬਹੁਤ ਦੇਖ ਰਹੇ ਹਾਂ, ਉਰੇ ਅਸੀਂ ਕੀ ਕੀਤਾ ਕਿ ਇੱਥੇ ਤਾਂ ਆਪਾਂ ਨੇ ਲਾਈਨਅਪ ਲਾ ਦਿੱਤਾ ਪੂਰਾ ਇੰਜਨ ਆਇਲਸ ਦਾ। ਮੈਂ ਅੱਗੇ ਦੇਖ ਰਿਹਾ ਵੀ ਸਾਰਾ ਆਪਾਂ ਫਿਰ ਉਹਦਾ ਆਪਣਾ ਸਟੋਰ ਸੀ ਉਹਦਾ ਕੀ ਕਰ ਰਹੇ ਹਾਂ, ਚੇਂਜ ਅਲਟਰ ਕਰ ਰਹੇ ਹਾਂ? ਹਾਂਜੀ ਭਾਅ ਜੀ, ਥੋੜ੍ਹੀ ਬਹੁਤ ਚੀਜ਼ਾਂ ਇੱਦਾਂ ਕਰ ਰਹੇ, ਇੱਕ ਜਿਸ ਤਰ੍ਹਾਂ ਤੁਸੀਂ ਵੈਸਟਰਨ ਵਰਲਡ 'ਚ ਦੇਖਿਆ ਕਿ ਉੱਥੇ ਵਰਕਸ਼ਾਪ ਦੇ ਵਿੱਚ ਨਾ ਇੱਕ ਸ਼ੋਪੀ ਹੁੰਦੀ ਹੈ ਪ੍ਰੋਪਰ, ਬੰਦੇ ਉੱਥੋਂ ਪ੍ਰੋਡਕਟਸ ਚੱਕਦੇ ਜਿਵੇਂ ਅਸੀਂ ਗ੍ਰੋਸਰੀ ਸਟੋਰ ਤੋਂ ਚੱਕਦੇ ਹਾਂ, ਉਹਦੇ ਬਾਅਦ ਸਾਰੇ ਚੱਕ ਕੇ ਬਿਲਿੰਗ ਕਰਾ ਕੇ ਫਿਰ ਅੱਗੇ ਵਰਕਸ਼ਾਪ ਦਿੰਦੇ ਕਿ ਇਹ ਕਰ ਦਿਓ, ਉਦਾਂ ਦਾ ਕਨਸੈਪਟ ਹੈਗਾ ਰਿਹਾ ਕਿ ਨਹੀਂ ਕਰ ਰਹੇ ਜਾ ਕੇ ਨਾ, ਕੋਈ ਵਰਕਸ਼ਾਪ ਵਾਲੀ ਜਾਂ ਉਹ ਫੀਲ ਆ ਰਹੀ ਇੱਥੇ, ਮੈਨੂੰ ਫੀਲ ਆ ਰਹੀ ਵੀ ਜਿੱਦਾਂ ਮੈਂ ਕਿਸੇ ਬਾਹਰ ਕਿਸੇ ਸਟੋਰ 'ਚ ਨਹੀਂ ਆ ਰਹੀ, ਕਿਉਂਕਿ ਤੁਸੀਂ ਵੇਖ ਹੀ ਸਕਦੇ ਹੋ ਬਾਈ ਉਹਨਾਂ ਨੇ ਸਾਰਾ ਕੁਛ ਹੀ ਬੜਾ ਵੈਲ ਮੇਨਟੇਨ ਸਾਰਾ ਕੁਛ ਆ, ਤੇ ਬਾਈ ਫਿਰ ਇਹਦੇ ਵਿੱਚ ਸਾਰੇ ਆਪਣੇ ਕੋਲ ਇਹ ਬ੍ਰਾਂਡਸ, ਇੰਡੀਅਨ ਤੇ ਬਹੁਤ ਘੱਟ ਮੈਨੂੰ ਲੱਗਦਾ ਆਪਾਂ ਰੱਖਦੇ ਹਾਂ ਕਿ ਸਾਰੇ ਹੀ ਚੱਲਦੇ ਆ? ਨਹੀਂ ਬਾਈ, ਸਾਰੇ ਇੰਟਰਨੈਸ਼ਨਲ ਬ੍ਰਾਂਡਸ ਹੈ ਤੇ ਜਿੰਨੇ ਬ੍ਰਾਂਡਸ ਤੁਸੀਂ ਉਰੇ ਦੇਖ ਰਹੇ ਹੋ ਇਹਨਾਂ ਦੇ ਸਾਰਿਆਂ ਦੇ ਅਸੀਂ ਜਾਂ ਤਾਂ ਆਥੋਰਾਈਜ਼ ਡੀਲਰ ਹੈ ਜਾਂ ਫਲੈਗਸ਼ਿਪ ਸਟੋਰ ਹੈ। ਹੁਣ ਜਿਸ ਤਰ੍ਹਾਂ ਲਿੱਕੀ ਮੌਲੀ ਇਜ਼ ਜਿਹੜਾ ਅਸੀਂ ਪ੍ਰੀਮੀਅਮ ਦੇ ਵਿੱਚ ਯੂਜ਼ ਕਰਦੇ ਹਾਂ, ਤੇ ਲਿੱਕੀ ਮੌਲੀ ਦੀ ਨਾ ਤੁਹਾਨੂੰ ਇੰਨੀ ਰੇਂਜ ਕਿਤੇ ਮਿਲਦੀ ਨਹੀਂ ਹੈਗੀ ਐਕਚੁਅਲੀ, ਕਿ ਕੁਛ ਗ੍ਰੇਡ ਮਿਲੋ ਕੁਛ ਨਹੀਂ, A to Z ਸਾਰੀ ਰੇਂਜ ਸਾਡੇ ਕੋਲ ਲਿੱਕੀ ਮੌਲੀ ਦੀ ਹੋਵੇ। ਹੁਣ ਦੋ ਹੋਰ ਨਵੇਂ ਬ੍ਰਾਂਡਸ ਆ ਰਹੇ ਜਿਹਨਾਂ ਵਿੱਚੋਂ ਇੱਕ ਰੋਵੇ ਹੈ, ਉਹ ਵੀ ਇੱਕ ਪ੍ਰੀਮੀਅਮ ਸਰਵਿਸ ਦੇ ਵਿੱਚ ਵੀ ਅਸੀਂ ਮਤਲਬ 2-3 ਬ੍ਰਾਂਡਸ ਦੀ ਆਪਸ਼ਨਸ ਬੰਦਿਆਂ ਨੂੰ ਦਵਾਂਗੇ। ਤੇ ਹੁਣ ਜਿਹੜੇ ਬੇਸਿਕ ਗੱਡੀਆਂ ਵੀ ਆ ਉਹਨਾਂ 'ਚ ਵੀ ਅਸੀਂ ਪ੍ਰੀਮੀਅਮ ਸਰਵਿਸ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕਰ ਰਹੇ ਤੇ ਹੋ ਰਹੀ ਹੈ, ਜ਼ਿਆਦਾਤਰ ਤੁਸੀਂ ਹੁਣ ਰੀਲ ਦੇਖੋਗੇ ਤਾਂ ਬੇਸਿਕ ਗੱਡੀਆਂ ਦੇ ਵਿੱਚ ਵੀ ਪ੍ਰੀਮੀਅਮ ਸਰਵਿਸ ਅਸੀਂ ਕਰ ਰਹੇ ਮੈਂ ਦੇਖਦਾ ਹੀ ਨੋਟ ਕਰਦਾ ਹੀ ਵੈਸੇ। ਚਲੋ ਆਪਾਂ ਵਿਊਅਰਸ ਲਈ ਵੀ ਬਾਈ ਹੁਣੀ ਆਲਵੇਜ਼ ਤੁਹਾਡੇ ਲਈ ਇੱਕ ਆਫਰ ਦਿੰਦੇ ਹੁੰਦੇ ਆ, ਜਿਹੜੇ ਪ੍ਰਾਈਸਿੰਗ ਜਾਂ ਜਿਹੜੇ ਰੇਟਸ ਦੇ ਉੱਤੇ ਬਾਈ ਹੁਣੀ ਤੁਹਾਨੂੰ ਸਰਵਿਸਿੰਗ ਆਫਰ ਕਰਦੇ ਆ ਗੱਡੀ ਦੀ, ਆਲ ਇੰਡੀਆ ਦੇ ਵਿੱਚ ਵੈਸੇ ਅਸੀਂ ਚੈਲੰਜ ਤਾਂ ਨਹੀਂ ਕਰਦੇ, ਪਰ ਇਹ ਹੈ ਕਿ ਫਿਰ ਵੀ ਬਾਈ ਹੁਣੀ ਉਸ ਚੀਜ਼ ਦਾ ਰਿਗਾਰਡ ਕਰਦੇ ਆ ਵੀ ਤੁਹਾਨੂੰ ਕਿਤੋਂ ਨਹੀਂ ਮਿਲਣੀ,
ਕਿਉਂਕਿ ਸਰਵਿਸਿੰਗ ਹੋ ਗਈ, ਪੇਂਟ ਕੁਆਲਿਟੀ ਹੋ ਗਈ, ਐਵਰੀਥਿੰਗ ਦੇ ਵਿੱਚ ਬਾਈ ਹੁਣੀ ਐਕਸਪਰਟ ਨੇ, ਕਿਉਂਕਿ ਇਹਨਾਂ ਕੋਲ ਹਰੇਕ ਤਰ੍ਹਾਂ ਦੀ ਟੀਮ ਅਵੇਲੇਬਲ ਹੈ ਬਾਈ। ਇਹਦੇ 'ਚ ਆਪਾਂ ਤੇਲ ਵੀ ਥੋੜ੍ਹੇ ਥੋੜ੍ਹੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਲਾਈਕ ਹਰੇਕ ਬ੍ਰਾਂਡ ਦੇ ਤੁਹਾਨੂੰ ਇੱਥੇ ਲਾਈਕ ਤੇਲਸ ਵਗੈਰਾ, ਬ੍ਰੇਕ ਆਇਲਸ, ਸਾਰਾ ਕੁਛ ਸਿੰਥੈਟਿਕ ਆਇਲਸ ਸਪੈਸ਼ਲੀ ਜਿਹਦੇ ਵਾਸਤੇ ਕੀ ਇਹ ਜਾਣੇ ਜਾਂਦੇ ਸਾਰੇ ਇਹਨਾਂ ਕੋਲ ਮਿਲ ਜਾਂਦੇ ਆ। ਤੇ ਇੱਥੇ ਬਾਈ ਉਹਨਾਂ ਨੇ ਸਰਟੀਫਿਕੇਸ਼ਨ ਵੀ ਕਾਫੀ ਕੁਛ ਰੱਖਿਆ ਹੋਇਆ। ਤੇ ਬਾਈ ਇਹ ਮਰਸਡੀਜ਼ ਵਾਲਾ ਅਜੇ ਤੱਕ ਫਿਰ ਆਪਣਾ ਲਾਈਕ ਉਹ ਚੱਲ ਰਿਹਾ ਕਨਸੈਪਟ, ਜਿਹੜਾ ਕਿ ਆਪਾਂ ਥੋੜੀ ਆਫ ਦਿੱਤੀ ਹੋਈ ਸੀ ਸ਼ਾਇਦ ਆਈ ਥਿੰਕ ਉਦੋਂ। ਹਾਂਜੀ ਬਾਈ, ਮਰਸਡੀਜ਼ ਦੇ ਲਈ ਵੀ ਆਪਾਂ ਕਰਦੇ ਹਾਂ ਜੋ ਸਾਡੇ ਭਰਾ ਮਰਸਡੀਜ਼ ਦੇ ਜਿੰਨੇ ਵੀ ਪਾਰਟ ਚਾਹੁੰਦੇ ਆ ਉਹ ਸਾਨੂੰ ਅਫੀਸ਼ੀਅਲੀ ਅਸੀਂ ਪ੍ਰੋਕਿਓਰ ਕਰਦੇ ਹਾਂ। ਮਰਸਡੀਜ਼ ਬੈਂਸ ਤੋਂ, ਕਿਸੇ ਵੈਂਡਰ ਤੋਂ ਨਹੀਂ ਕਰਦੇ, ਉਰੇ ਤੁਸੀਂ ਦੇਖ ਵੀ ਸਕਦੇ ਹਾਂ। ਮਰਸਡੀਜ਼ ਬੈਂਸ ਦਾ ਬਿਜ਼ਨਸ ਪਾਰਟਨਰ ਹੈ ਅਸੀਂ। ਓਕੇ, ਅਫੀਸ਼ੀਅਲੀ ਬਿਜ਼ਨਸ ਪਾਰਟਨਰ। ਹਾਂਜੀ ਹਾਂਜੀ। ਤੇ ਆਪਾਂ ਅੱਗੇ ਵੀ ਦੱਸਿਆ ਸੀ ਵੈਸੇ, ਮਤਲਬ ਹਰ ਵਾਰੀ ਮੈਨੂੰ ਕਿ ਵਿਊਜ਼ ਨਵੇਂ ਜੁੜ ਜਾਂਦੇ ਆਪਾਂ ਦੱਸਣਾ ਬਣਦਾ, ਇਸ ਕਰਕੇ ਬਈ ਸਾਰਾ ਇਹਨਾਂ ਕੋਲ ਲਾਈਕ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਸਾਰਾ ਸਮਾਨ ਵਗੈਰਾ, ਆਇਲਸ ਵਗੈਰਾ ਉਹੀ ਮਿਲਣਗੇ। ਤੇ ਇੱਧਰ ਹੋਰ ਵੀ ਲਾਈਕ ਅਲੀ ਬਾਈ ਪੈਟਰਨਾਸ ਦਾ, ਜੇ ਪੈਟਰਨਾਸ ਤੁਸੀਂ ਦੇਖੋਗੇ ਅਫੀਸ਼ੀਅਲ ਟਾਈਟਲ ਪਾਰਟਨਰ ਹੈ ਮਰਸਡੀਜ਼ ਏਐਮਜੀ ਪੈਟਰਨਾਸ ਫਾਰਮੂਲਾ 1 ਟੀਮ ਦੇ। ਪਿੱਛੇ ਤੁਸੀਂ ਜੇ ਦੇਖੋਗੇ ਇਹ ਮੈਨੂਫੈਕਚਰਡ ਬਾਈ ਫੂਕਸ ਲੂਬਰੀਕੈਂਟਸ ਇੰਡੀਆ ਹੁੰਦਾ, ਸਾਰਾ ਹੀ ਆਉਂਦਾ। ਹਾਂ, ਜਿੰਨੇ ਵੀ ਬ੍ਰਾਂਡਸ ਹੈ ਬਰੀ, ਕੋਈ ਐਸਾ ਬ੍ਰਾਂਡ ਹੈ ਹੀ ਨਹੀਂ ਕਿ ਜਿਹੜਾ ਕੋਈ ਐਵਰੇਜ ਬ੍ਰਾਂਡ ਹੋਵੇ, ਸਾਰੇ ਹੀ ਵਧੀਆ ਬ੍ਰਾਂਡ ਹੈ। ਫਿਰ ਲਾਈਕ ਕਾਸਟ ਨਹੀਂ ਵੱਧ ਜਾਂਦੀ ਸਰਵਿਸਿੰਗ ਦੀ ਜਾਂ ਕਿਦਾਂ ਬਾਈ? ਦੇਖੋ, ਜੇ ਤਾਂ ਆਪਾਂ ਮਰਸਡੀਜ਼ ਬੈਂਜ਼ ਦਾ ਜੈਨੂਇਨ ਪਵਾ ਰਹੇ ਹਾਂ ਜਾਂ ਫਿਰ ਅਸੀਂ ਪ੍ਰੀਮੀਅਮ ਸਰਵਿਸ ਕਰਵਾਉਣ ਜਿਵੇਂ ਲਿੱਕੀ ਮੋਲੀਏ, ਉਹ ਨੋ ਡਾਊਟ ਹਲਕੇ ਜੇ ਐਕਸਪੈਂਸਿਵ ਹੈ, ਬਟ ਐਟ ਦ ਸੇਮ ਟਾਈਮ ਇਟ ਇਜ਼ ਆਲਮੋਸਟ ਲਾਈਕ ਤੁਹਾਡੇ ਇੰਜਨ ਦਾ ਤੁਸੀਂ ਕਿਸ ਤਰ੍ਹਾਂ ਧਿਆਨ ਰੱਖਣਾ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਅੱਜ ਜੇ ਅਸੀਂ ਜੰਕ ਫੂਡ ਬਰਗਰ ਖਾ ਲਈਏ ਅੱਜ ਤਾਂ ਮੋਟੇ ਹੋ ਜਾਓਗੇ, ਇਹ ਜਿਹੜਾ ਸਾਡਾ ਹਾਲ ਹੈ, ਸਾਲ ਦੋ ਸਾਲ ਦਾ ਹਾਲ ਹੈ। ਉਵੇਂ ਹੀ ਜੇ ਅਸੀਂ ਹੈਲਦੀ ਵੀ ਖਾਂਦੇ ਹਾਂ ਇੱਕ ਦਿਨ ਚ ਅਸੀਂ ਪਤਲੇ ਨਹੀਂ ਹੋ ਰਹੇ, ਦ ਸੇਮ ਇਜ਼ ਵਿਦ ਇੰਜਨ। ਇੰਜਨ ਦੇ ਵਿੱਚ ਤੁਸੀਂ ਵਧੀਆ ਚੀਜ਼ ਪਾ ਰਹੇ ਹੈ ਤਾਂ ਉਹ ਤੁਹਾਡੀ ਲਾਈਫ ਵਧਾ ਦਿੰਦਾ ਇੰਜਨ ਦੀ। ਤੁਸੀਂ ਸੁਣਿਆ ਹੋਊਗਾ ਕਈ ਵਾਰੀ ਯਾਰ ਮੇਰੀ ਗੱਡੀ ਦਾ ਇੰਜਨ 70,000 ਤੇ ਖੁੱਲ ਗਿਆ, 90,000 ਤੇ ਖੁੱਲ ਗਿਆ, ਕਈਆਂ ਦੇ 2.5-2.5 ਲੱਖ ਦੇ ਨਹੀਂ ਖੁੱਲ ਰਹੇ। ਤਾਂ ਇਹ ਚੀਜ਼ਾਂ ਹੈਲਪ ਕਰਦੀਆਂ ਤੁਹਾਨੂੰ, ਤੇ ਲਿਕੀ ਮੋਲੀ ਦਾ ਬਈ ਇਨਸਟੈਂਟਲੀ ਰਿਜ਼ਲਟ ਦਿੰਦਾ। ਇਸ ਕਰਕੇ ਬਈ ਇੱਥੇ ਤੁਹਾਨੂੰ ਏਦਾਂ ਦੀ ਚੀਜ਼ ਵੀ ਸੋਚਣ ਦੀ ਲੋੜ ਨਹੀਂ, ਆਣ ਕੇ ਦੱਸਣਾ ਹੈ ਕਿ ਅਸੀਂ ਕਿਸ ਲੈਵਲ ਦਾ ਕੰਮ ਚਾਹੁੰਦੇ ਹਾਂ ਜਾਂ ਕੀ ਹੈ। ਵੈਸੇ ਤਾਂ ਆਪੇ ਹੀ ਦੱਸ ਦਈਏ ਕਿ ਅਸੀਂ ਇਸ ਲੈਵਲ ਤੋਂ ਉੱਪਰ ਹੀ ਕੰਮ ਕਰਦੇ ਹਾਂ, ਥੱਲੇ ਕਰਦੇ ਨਹੀਂ, ਹਨਾ। ਬੇਸਿਕ ਸਰਵਿਸ ਤਾਂ ਸਾਡੀ ਸਸਤੀ ਹੈ ਹੀ ਹੈ, ਸਸਤੀ ਹੈ। ਬੇਸਿਕ ਦੇ ਵਿੱਚ ਅਸੀਂ ਸਿੰਥੀਅਮ ਪਾ ਰਹੇ ਹਾਂ, ਹਲੇ ਉਰੇ ਰੈਕ ਖਤਮ ਹੋ ਗਿਆ, ਠੀਕ ਹੈ। ਇਹ ਸਿੰਥੀਅਮ ਹੈ ਬਾਈ ਪੈਟਰਨਾਸ ਦਾ, ਠੀਕ ਹੈ। ਇਹ ਸਿੰਥੈਟਿਕ ਆਇਲ ਹੈ, ਇਹਦੇ ਵਿੱਚ ਅਸੀਂ ਸਿੰਥੈਟਿਕ ਤੋਂ ਉੱਪਰ ਵੀ ਜਾ ਸਕਦੇ, ਆਇਲ ਐਡਿਟਿਵ ਐਡ ਕਰਦੇ ਨੇ। ਜੇ ਬਾਈ ਚਾਂਸ ਤੁਸੀਂ ਲਿਕੀ ਮੋਲੀ ਚ ਨਹੀਂ ਜਾਣਾ, ਇਹਦੇ ਵਿੱਚ ਅਸੀਂ ਆਇਲ ਐਡਿਟਿਵ ਲਿਕੀ ਮੋਲੀ ਦਾ ਐਡ ਕਰਕੇ ਇਹਦੀ ਪਰਫਾਰਮੈਂਸ ਵਧਾ ਦਿੰਦੇ ਹਾਂ, ਠੀਕ ਆ। ਉਹ ਤੁਹਾਨੂੰ ਹੋਰ ਵੀ ਅਸੀਂ ਨਾਲ ਵਾਕ ਅਰਾਊਂਡ ਦਿੰਦੇ ਆ ਸਟੋਰ ਦਾ। ਵੈਸੇ ਤਾਂ ਬਾਈ ਹੁਣਾਂ ਕੋਲ ਸਾਰੀਆਂ ਲਾਈਟਸ, ਪ੍ਰੋਜੈਕਟਰਸ, ਸਾਰਾ ਸੈਟਅਪ ਮਿਲ ਜਾਂਦਾ। ਹੁਣ ਅੰਦਰ ਆ ਜੀ ਬਾਈ, ਇਹ ਚੀਜ਼ਾਂ ਰੱਖ ਲਈਆਂ, ਕਾਫੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਲਾਈਟ ਦਾ ਥਰੋ ਵਧਾਣਾ। ਹਾਂ, ਉਹ ਵੀ ਪਕਾ। ਇਹ ਐਲਈਡੀਜ਼ ਆ ਗਈਆਂ ਵਿਦ ISO ਸਰਟੀਫਾਈਡ, ਤੇ ਕਿਸੇ ਦੀ 12 ਮਹੀਨੇ ਦੀ ਵਾਰੰਟੀ ਹੈ, ਕਿਸੇ ਦੀ 24 ਮਹੀਨੇ ਦੀ। ਜਿਵੇਂ ਇੱਥੇ ਤੁਸੀਂ ਦੇਖੋਗੇ ਇਹ 24 ਮਹੀਨੇ ਦੀ ਵਾਰੰਟੀ ਹੋ ਗਈ। 24 ਮਹੀਨੇ ਦੀ ਆ ਗਈ। ਇਹ ਕਾਸਟ ਵੀ ਜ਼ਿਆਦਾ ਹੈ ਜਾਂ ਕਿਦਾਂ ਜੈਨੂਇਨ ਪ੍ਰਾਈਸ ਦੇ ਵਿੱਚ ਸਟਾਰਟ ਹੋਈਆਂ ਨੇ? ਐਲਈਡੀ ਜਿਹੜੀ ਅੱਜ ਕੱਲ ਤੁਸੀਂ ਦੇਖ ਰਹੇ ਹੋ ਨਾ 300-350 ਵਾਟ, ਉਹ ਕੋਈ ਸੱਚਾਈ ਨਹੀਂ ਹੈ, ਡੱਬੇ ਤੇ ਕੁਝ ਵੀ ਲਿਖੀ ਜਾ ਸਕਦਾ। ਹਾਂ, ਇਹ ਪੰਗਾ ਹੈਗਾ, ਇਹ ਟੈਕਨੋਲੋਜੀ ਹੈ। ਹੁਣ ਇਹ ਬੈਲਟ ਟੈਕਨੋਲੋਜੀ ਆ ਗਈ, ਓਕੇ। ਤੇ ਆਬਵੀਅਸਲੀ ਇਹ ਸਾਡੇ ਕੋਲ ਜਿਹੜੇ ਬ੍ਰਾਂਡਸ ਹੈ ਉਹ ਮਾਰਕੀਟ ਨਾਲੋਂ ਹਲਕੇ ਜੇ ਹਾਈਲੀ ਪ੍ਰਾਈਸਡ ਹੈ, ਕਿਉਂਕਿ ਆਪਾਂ ਕੁਆਲਿਟੀ ਦੇ ਰਹੇ ਹਾਂ ਬਾਈ। ਕੁਝ ਵੀ ਨਹੀਂ ਰੱਖਿਆ ਹੋਇਆ, ਰੱਖਣ ਨੂੰ ਤਾਂ ਆਪਾਂ ਵੀ ਰੱਖ ਸਕਦੇ ਹਾਂ ਸਭ ਕੁਝ, ਬਟ ਜਿਹੜੀ ਚੀਜ਼ ਰਿਜ਼ਲਟ ਨਾ ਦੇਵੇ ਸਿਰਫ ਕਹਿਣ ਲਈ ਐਲਈਡੀ ਅਪਗ੍ਰੇਡ ਕਰਨੀ, ਉਹਦਾ ਕੋਈ ਫਾਇਦਾ ਨਹੀਂ, ਠੀਕ ਹੈ। ਤੇ ਬਾਕੀ ਬਾਈ ਇਹ ਸਾਰੇ ਪਿੱਛੇ ਫਿਲਟਰਸ ਵਗੈਰਾ ਆ ਜਾਂਦੇ ਆ, ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾ ਦਾਂਗੇ। ਤਾਂ ਉਹ ਤੁਹਾਨੂੰ ਮੇਜਰ ਪਾਰਟ ਵਿਖਾਉਂਦੇ ਹਾਂ ਅਸੀਂ, ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਲਾਈਕ ਸ਼ੌਪ ਦਾ ਨਾਮ ਵੱਖਰਾ ਹੀ ਦੇ ਦਿੱਤਾ ਹੋਇਆ ਬਾਈ ਨੇ। ਤੇ ਇਹ ਸਾਰਾ ਤੁਸੀਂ ਹੁਣ ਇੱਥੇ ਲਾਈਕ ਕਸਟਮ ਮੋਡੀਫਿਕੇਸ਼ਨਸ
ਕਿਟਸ ਜਾਂ ਕੁਛ ਵੀ ਤੁਹਾਨੂੰ ਆਡੀਓ ਸੈਟਅਪ ਸਾਰਾ ਕੁਛ ਹੀ ਮਿਲੂਗਾ। ਆਪਾਂ ਜੇ ਇਧਰੋਂ ਵਾਕ ਕਰਾਉਣ ਸ਼ੁਰੂ ਕਰ ਲਈਏ, ਸਾਰੀਆਂ ਸਸਪੈਂਸ਼ਨ ਤੁਹਾਨੂੰ ਕਾਰਜ ਲਈ ਮਿਲ ਜਾਣਗੀਆਂ, ਹਨਾ, ਸਾਰੇ ਲਈ। ਬਿਲਕੁਲ ਭਾਈ, ਤੇ ਵੈਸੇ ਥਾਰ ਲਈ ਵੀ ਇਹਨਾਂ ਕੋਲ ਅਵੇਲੇਬਲ ਹੈ। ਥਾਰ ਦੀ ਭਾਈ 3 ਇੰਚ ਅਵੇਲੇਬਲ ਹੈ, ਹਲੇ ਤੁਹਾਨੂੰ ਪਤਾ ਕੰਪਨੀ ਚ ਅਵੇਲੇਬਲ ਨਹੀਂ ਹੈ, 3-4 ਹਫ਼ਤੇ ਦਾ ਵੇਟਿੰਗ ਟਾਈਮ ਹੈ ਕਿ ਇੱਥੇ ਰੈਡੀਲੀ ਅਵੇਲੇਬਲ ਫੋਰ ਥਾਰ ਦੀ 3 ਇੰਚ, ਜਿੰਨੀ ਦੀ 2.5 ਇੰਚ, ਤੇ ਥੱਲੇ ਵੈਲਟ੍ਰੋਨ ਐਗਜ਼ੌਸਟ ਹੈ, ਐਗਜ਼ੌਸਟ ਵਗੈਰਾ ਮਿਲ ਜਾਣਗੇ ਤੁਹਾਨੂੰ। ਠੀਕ ਹੈ, ਥਾਰ ਦਾ ਤਾਂ ਸਾਰਾ ਹੀ ਸਮਾਨ, ਸਾਰੇ ਬੰਪਰਸ ਮਿਲ ਜਾਣਗੇ ਤੁਹਾਨੂੰ, ਗ੍ਰਿਲਸ ਮਿਲ ਜਾਣਗੀਆਂ, ਸਾਰੇ ਕਲਰਸ ਦੀ ਜਿੱਦਾਂ ਦੀ ਵੀ ਚਾਹੁੰਦੇ ਹੋ, ਬੁੱਲ ਹੋਰਨ ਵਗੈਰਾ ਜਾਂ ਐਵਰੀਥਿੰਗ, ਤੁਹਾਨੂੰ ਸਾਰਾ ਕੁਝ ਇੱਥੇ ਉਹ ਮਿਲ ਜੂਗਾ। ਇਹ ਆਪਣੇ ਥਿੰਕ ਕਾਰ ਦੀ ਆ ਗਿਆ, ਹਨਾ, ਲਾਈਕ ਕਿਟਸ ਆ ਗਈਆਂ, ਤੁਹਾਨੂੰ ਮੈਟਸ ਵਗੈਰਾ ਮਿਲ ਜਾਣਗੇ, ਸਨੋਰਕਲਸ ਕਹਿ ਲਓ, ਇਹ ਅਲੋਏ ਵੀਲਸ ਵੀ ਜਿਹੜੇ ਆ ਬਾਈ ਨੇ, ਜਿਹੜੇ ਅਲੋਏ ਵੀਲਸ ਵਗੈਰਾ ਵਾ, ਸਾਰੇ ਇਹ ਵੀ ਰੱਖ ਲੈਣੇ। ਇਹ ਵੀ ਲਾਈਕ ਤੁਸੀਂ ਦੇਖ ਸਕਦੇ ਹੋ ਕਿ ਕਹਿੰਦੇ ਜਿਹੜੇ ਟ੍ਰੈਂਡੇਬਲ ਹੈਗੇ ਆ, ਜਾਣੇ ਐਂਟੀਕ ਚੀਜ਼ਾਂ ਨੇ, ਉਹੀ, ਹਨਾ, ਆਪਾਂ ਰੱਖੀਆਂ ਨੇ, ਪਰ ਓਨ ਡਿਮਾਂਡ ਵੀ ਜੇ ਕੁਝ ਆਵੇ ਆਪਾਂ ਅਵੇਲੇਬਲ ਕਰ ਸਾਰਾ ਕੁਝ ਮਿਲ ਜਾਂਦਾ ਭਾਈ ਇੱਥੇ ਸਡੈਮ ਦੇ ਹੈਚਬੈਕਸ ਦੇ ਅਲੋਏ ਵੀਲਸ, ਇੱਧਰ ਤੁਹਾਨੂੰ ਸਾਰੇ ਉਹ ਮਿਲ ਜਾਣਗੇ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਇੱਕ ਜਗ੍ਹਾ ਤੇ ਹੀ ਸਾਰਾ ਜਿਹੜਾ ਸਮਾਨ ਬੋਡੀ ਕਿਟਸ ਹੈ ਭਾਈ, ਉੱਪਰ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰੀਆਂ ਬੋਡੀ ਕਿਟਸ ਵਗੈਰਾ ਨੇ। ਬਾਕੀ ਆਹ ਆਡੀਓ ਦਿਖਾਉਣੇ ਆ ਕਿ ਮੇਜਰ ਆਡੀਓ ਲੋਵਰਸ ਵਾਸਤੇ, ਹਨਾ, ਸਾਰਾ ਹੁੰਦਾ ਇੱਥੇ। ਆਡੀਓ ਦੀ ਕੱਪ ਵੱਖਰੀ ਵੱਖਰੀ, ਹਾਂ, ਤੁਹਾਨੂੰ ਵੱਖਰਾ ਬਲੌਗ ਦਿੰਨੇ ਆ, ਤੁਹਾਨੂੰ ਪੈਸੇ ਦਿਖਾਉਣੇ ਆ, ਬਟ ਆਡੀਓ ਵੀ ਸਾਡੇ ਕੋਲ ਹੈਗੇ। ਇਹ ਸਾਰਾ ਇਹਨਾਂ ਕੋਲੇ ਆਡੀਓ ਸੈਟਅਪ ਵਗੈਰਾ ਮਿਲ ਜੂਗਾ, ਤੇ ਤੁਹਾਨੂੰ ਲਾਈਕ ਇੱਕ ਗਰਾਜ ਗੱਡੀ ਛੱਡੋ ਤਾਂ ਸਾਰਾ ਕੁਝ ਹੀ ਮਿਲ ਜੂਗਾ। ਬਾਕੀ ਬੇਸ ਸਿਸਟਮ ਵਗੈਰਾ, ਹੈਵੀ ਬੇਸਿਸ ਮਿਲ ਜਾਣਗੀਆਂ। ਇਹ ਸਾਰੇ ਬ੍ਰਾਂਡਸ ਦੇ ਭਾਜੀ ਅਸੀਂ ਆਥੋਰਾਈਜ਼ ਡੀਲਰ ਨੇ, ਕੋਈ ਐਸਾ ਬ੍ਰਾਂਡ ਨਹੀਂ ਹੈ ਜਿਹੜਾ ਸਿਰਫ ਲਿਆ ਕੇ ਅਸੀਂ ਰੱਖ ਲਿਆ। ਅੱਛਾ, ਉਦਾਂ ਨਹੀਂ ਹੈਗਾ, ਓਕੇ। ਇਹ ਚੀਜ਼ ਦੀ ਆਪਣੀ ਸ਼ੁਰੂ ਤੋਂ ਹੀ ਖਾਸੀਅਤ ਰਹੀ ਹੈ ਵੈਸੇ, ਕਿਉਂਕਿ ਭਾਈ ਹੁਣਾਂ ਕੋਲ ਤੁਹਾਨੂੰ ਉਹ ਚੀਜ਼ਾਂ ਮਿਲਣਗੀਆਂ ਜਿਹਦੇ ਆਥੋਰਾਈਜ਼ ਨੇ, ਉਹਦਾ ਫਾਇਦਾ ਕੀ ਹੈ, ਇੱਕ ਤਾਂ ਤੁਹਾਨੂੰ ਜੈਨੂਅਨ ਸਮਾਨ ਮਿਲਦਾ, ਦੂਜਾ ਕੁਆਲਿਟੀ ਮਿਲਦੀ ਹੈ, ਤੇ ਬਾਕੀ ਤੁਹਾਨੂੰ ਪਤਾ ਹੀ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਤੇ ਬਾਈ ਆਪਾਂ ਗਰਾਜ ਦਾ ਵੀ ਵਾਕ ਕਰਾਉਣ ਦੇਈਏ, ਹਨਾ, ਤੇ ਆ ਜਾਓ ਵੀ ਸਾਰੇ ਜਾਣੇ। ਅੱਜ ਜਿੱਦਾਂ ਲਾਈਕ ਮੇਰੀ ਕਾਰ 'ਚ ਫਿਰ ਕੀ ਸੁਜੈਸਟ ਕਰ ਰਹੇ ਹੋ ਅੱਜ, ਕੀ ਕੁਛ ਪਾ ਰਹੇ ਹਾਂ ਆਪਾਂ ਉਹਦੇ 'ਚ? ਭਾਈ ਜਦੋਂ ਸਾਡੇ ਕੋਲ ਆਏ ਸੀਗੇ, ਭਾਈ ਨੇ ਰੀਲਸ ਦੇਖਿਆ ਸੀਗੇ ਜਿਹੜੀ ਪ੍ਰੀਮੀਅਮ ਸਰਵਿਸ ਅਸੀਂ ਕਰ ਰਹੇ ਹਾਂ, ਤੇ ਭਾਜੀ ਕਹਿੰਦੇ ਕੀ ਫਰਕ ਹੈ ਉਹ ਅਸੀਂ ਦੇਖਣਾ ਅੱਜ। ਚੱਲ, ਭਾਈ ਦੀ ਗੱਡੀ ਦੇ ਵਿੱਚ ਅਸੀਂ ਕਰ ਰਹੇ ਹਾਂ ਸੁਪਰ ਪ੍ਰੀਮੀਅਮ ਸਰਵਿਸ, ਓਕੇ, ਤੇ ਉਹਦੇ ਵਿੱਚ ਅਸੀਂ ਦੱਸੂਗੇ ਕੀ ਕਰ ਰਹੇ ਹਾਂ, ਓਕੇ, ਤੇ ਕੋਈ ਵੀ ਬਾਈ ਸਪੌਂਸਰ ਨਹੀਂ ਹੈ, ਭਾਈ ਪੇ ਕਰ ਦੋ, ਤੁਹਾਨੂੰ ਲੱਗੇ ਵੀ ਆ ਗਏ ਆਪਾਂ, ਕੋਈ ਐਡ ਐਡ ਨਹੀਂ ਹੈ, ਐਡ ਕਰਾਉਣਾ ਉਹ ਹੀ ਹੈਗਾ। ਹਾਂ, ਤੇ ਇਹ ਰਿਹਾ ਭਾਜੀ, ਦਿਸ ਇਜ਼ ਟੌਪ ਟੈਕ, ਓਕੇ, ਟੌਪ ਟੈਕ ਸਾਡਾ ਵਨ ਆਫ ਦਾ ਟੌਪ ਜਿਹੜਾ ਅਸੀਂ ਟੈਕਨੋਲੋਜੀ ਯੂਜ਼ ਕਰਦੇ ਹਾਂ ਲਿੱਕੀ ਮੌਲੀ ਦੇ ਵਿੱਚ, ਉਹ ਹੈ। ਇਹ ਵੀ ਤੁਸੀਂ ਦੇਖ ਸਕਦੇ ਹੋ ਮੇਡ ਇਨ ਜਰਮਨੀ ਹੈ, ਲਿਖਿਆ ਹੋਇਆ ਪ੍ਰੋਪਰ, ਇਹ ਕੱਲਾ ਲਿਖਿਆ ਨਹੀਂ ਹੈ, ਤੁਸੀਂ ਇਹਨੂੰ ਗੂਗਲ ਵੀ ਕਰ ਸਕਦੇ ਹੋ। ਬਿਲਕੁਲ, ਲਿੱਕੀ ਮੌਲੀ ਦੇ ਵਿੱਚ ਨਾ ਭਾਜੀ ਸ਼ੁਰੂ ਹੋ ਜਾਂਦਾ ਇੱਥੋਂ, ਦਿਸ ਇਜ਼ ਲਿਕਲੋਫ, ਓਕੇ, ਦਿਸ ਇਜ਼ ਮੌਲੀਜਨ ਟੈਕਨੋਲੋਜੀ, ਓਕੇ, ਇਹ ਟੌਪ ਟੈਕ ਟੈਕਨੋਲੋਜੀ ਹੈ, ਤੇ ਇਹ ਸਾਡਾ ਰੇਸ ਟੈਕ ਹੈ, ਇਹ ਟਰੈਕਸ ਲਈ ਹੁੰਦਾ, ਟਰੈਕਸ ਲਈ ਹੁੰਦਾ ਜਿਹੜੀ ਸੁਪਰ ਕਾਰਸ ਦੇ ਵਿੱਚ, ਕਿਉਂਕਿ ਤੁਹਾਨੂੰ ਇੱਥੇ ਲਾਈਕ ਸੁਪਰ ਕਾਰ, ਇਹਨਾਂ ਦੇ ਇੰਸਟਾਗ੍ਰਾਮ ਤੇ ਜਾਓਗੇ ਤੁਹਾਨੂੰ ਇੱਥੇ ਸੁਪਰ ਕਾਰਸ ਵਗੈਰਾ ਜਾਂ ਲਾਈਕ ਜਿਹੜੇ ਪ੍ਰੋਪਰ ਲਗਜ਼ਰੀ ਸੈਗਮੈਂਟ ਨੇ ਉਹਨਾਂ ਦੀਆਂ ਸਰਵਿਸਿੰਗ ਵਗੈਰਾ ਵੀ ਇਹ ਕਰਦੇ ਨੇ, ਤੁਹਾਨੂੰ ਉਹ ਵੀ ਇੱਥੇ ਸਰਵਿਸਿੰਗ, ਉਹਦੇ ਲਈ ਵੀ ਆਇਲਸ ਵਗੈਰਾ ਸਾਰੇ ਅਵੇਲੇਬਲ ਨੇ। ਐਂਡ ਆਲਸੋ ਜਦੋਂ ਅਸੀਂ ਸੁਪਰ ਪ੍ਰੀਮੀਅਮ ਦੀ ਗੱਲ ਕਰਦੇ ਹਾਂ, ਆਪਾਂ ਅੱਜ ਭਾਜੀ ਦਾ ਇੰਜਨ ਫਲੱਸ਼ ਯੂਜ਼ ਕਰ ਰਹੇ ਹਾਂ, ਓਕੇ, ਇਹ ਭਾਜੀ ਵੈਸੇ ਨਾ ਹਰ ਗੱਡੀ ਦੇ ਵਿੱਚ ਹਮੇਸ਼ਾ ਕਰਨਾ ਚਾਹੀਦਾ, ਭਲੇ ਤੁਸੀਂ ਪ੍ਰੀਮੀਅਮ ਸਰਵਿਸ ਕਰਾਣੇ ਭਲੇ ਨਹੀਂ ਕਰਾ ਰਹੇ, ਠੀਕ ਹੈ। ਇੰਜਨ ਫਲੱਸ਼ ਦਾ ਕੰਮ ਕੀ ਹੈ ਭਾਈ, ਜਿਹੜਾ ਕਾਰਬਨ ਜਮਿਆ ਹੁੰਦਾ ਹੈ ਨਾ, ਓਕੇ, ਐਕਸਲਰੇਸ਼ਨ ਦਾ ਇਸ਼ੂ ਆ ਰਿਹਾ ਹੈ, ਐਵਰੇਜ ਘੱਟ ਆ ਰਹੀ ਹੈ, ਕਾਰਬਨ ਇੱਕ ਬਹੁਤ ਬੜਾ ਰੀਜ਼ਨ ਹੈ ਦੋਨੋਂ ਚੀਜ਼ਾਂ ਲਈ, ਤੇ ਉਹਦੇ ਲਈ ਜ਼ਰੂਰੀ ਕੀ ਹੈ ਕਿ ਅਸੀਂ ਕੀ ਕਰਦੇ ਹਾਂ, ਯੂਜ਼ੁਅਲੀ ਡਰੇਨ ਪਲੱਗ ਤੋਂ ਡਰੇਨ ਕਰਤਾ ਹੋਇਆ, ਉਸ ਤੋਂ ਬਾਅਦ ਨਵਾਂ ਪਾਤਾ, ਇਟਸ ਆਲਮੋਸਟ ਲਾਈਕ ਕਿ ਆਪਾਂ ਕਹੀਏ ਕਿ ਆਪਾਂ ਸਿੱਧਾ ਬਿਨਾਂ ਨਾ ਮੋਇਸਚਰਾਈਜ਼ਰ ਲਾ ਲਈਏ ਫੇਸ ਤੇ, ਆਪਾਂ ਇਹ ਕਹਿ ਲਈਏ ਵੀ ਆਪਾਂ ਲੱਸੀ ਵਾਲੇ ਗਲਾਸ ਚੋਂ ਸਿੱਧੀ ਉਦਾਂ ਹੀ ਲੱਸੀ ਕੱਢ ਕੇ ਦੁੱਧ ਪਾਤਾ ਉਹਦੇ ਵਿੱਚ, ਇਦਾਂ ਦਾ ਕੁਝ ਕਹਿ ਲਈਏ। ਇਹੀ ਹੈ ਭਾਈ, ਇਥੇ ਲੋਕਾਂ ਨੂੰ ਨਾ ਕਈ ਵਾਰੀ ਇਹ ਲੱਗਦਾ ਕਿ ਵਰਕਸ਼ਾਪ ਨਜਾਇਜ਼ ਪਿਚ ਕਰ ਰਹੀ ਹੈ ਇਹਨੂੰ, ਬਾਕੀ ਚੀਜ਼ਾਂ ਭਲੇ ਨਾ ਪਾਓ, ਬਟ ਇੰਜਨ ਫਲੱਸ਼ ਜ਼ਰੂਰ ਕਰਾਓ ਤੁਸੀਂ, ਕਿਉਂਕਿ ਇਹਨੇ ਕਾਰਬਨ ਤੁਹਾਡਾ ਜਿਹੜਾ ਜਮਿਆ ਹੋਇਆ ਨਾ ਉਹ ਕੱਢਣਾ, ਸਾਰਾ ਕੱਢਣਾ, ਉਹ ਕੱਢੇ ਬਿਨਾਂ ਤੁਸੀਂ ਨਵਾਂ ਇੰਜਨ ਆਇਲ ਪਾ ਰਹੇ ਹੋ, ਕੋਈ ਤੁਹਾਡਾ ਪਰਫਾਰਮੈਂਸ ਦੇ ਵਿੱਚ ਫਰਕ ਨਹੀਂ ਆਉਣ ਵਾਲਾ, ਤਾਂ ਇੰਜਨ ਆਇਲ ਹਮੇਸ਼ਾ ਪਾਓ। ਦਿਸ ਇਜ਼ ਅਗੇਨ ਮੇਡ ਇਨ ਜਰਮਨੀ, ਲਿਕਿਊ ਮੋਲੀ ਦਾ ਅਸੀਂ ਯੂਜ਼ ਕਰਦੇ ਹਾਂ, ਭਲੀ ਉਹ ਬੇਸਿਕ ਸੈਗਮੈਂਟ 'ਚ ਕਰੀਏ ਕਿਸੇ 'ਚ ਕਰੀਏ, ਓਕੇ। ਦੈਨ ਭਾਈ ਦੀ ਗੱਡੀ ਦੇ ਵਿੱਚ ਅੱਜ ਅਸੀਂ ਸੈਰਾਟੈਕ ਪਾ ਰਹੇ ਹਾਂ, ਓਕੇ,
ਭਾਈ ਦੀ ਗੱਡੀ ਦੇ ਵਿੱਚ ਅੱਜ ਅਸੀਂ ਸੈਰਾਟੈਕ ਲਾ ਰਹੇ ਹਾਂ। ਇਹ ਕੀ ਚੀਜ਼ ਹੈ ਸੈਰਾਟੈਕ ਭਾਜੀ? ਜਿੱਦਾਂ ਹੁਣ ਬੋਡੀ ਦੇ ਬਾਹਰ ਸੈਰਾਮਿਕ ਕੋਟਿੰਗ ਨਹੀਂ ਹੁੰਦੀ ਜੀ, ਇਹ ਇੰਜਨ ਦੇ ਅੰਦਰ ਹੁੰਦੀ ਹੈ ਚੀਜ਼। ਇਹਦੇ ਲਈ ਵੀ ਆ ਚੁੱਕੀ ਹਾਂ। ਇਹ ਕੀ ਕਰਦੇ ਭਾਜੀ ਕਿ ਜਿੱਦਾਂ ਅੱਜ ਅਸੀਂ ਫਲੱਸ਼ ਕਰ ਰਹੇ ਹਾਂ, ਕਿਉਂ ਕਰ ਰਹੇ? ਕਾਰਬਨ ਜੰਮ ਰਿਹਾ ਜੀ। ਇਹ 50,000 ਕਿਲੋਮੀਟਰ ਤੱਕ ਭਾਜੀ ਕਾਰਬਨ ਜੰਮਣ ਨਹੀਂ ਦੇਣਾ। ਜੰਮਣ ਨਹੀਂ ਦੇਣਾ, ਅੱਛਾ ਠੀਕ ਹੈ। 50,000 ਕਿਲੋਮੀਟਰ ਤੱਕ ਤੁਸੀਂ ਹੁਣ ਫਲੱਸ਼ ਹੀ ਨਹੀਂ ਕਰਨਾ। ਇਹ ਮੇਰੇ ਲਈ ਵੀ ਨਵੀਂ ਚੀਜ਼ ਹੈ, ਇਹ ਫਸਟ ਟਾਈਮ ਮੈਂ ਵੀ ਵੇਖ ਰਿਹਾ ਮੈਂ। ਦਿਸ ਅਗੇਨ ਇਜ਼ ਸੈਰਾਟੈਕ, ਅਗੇਨ ਮੇਡ ਇਨ ਜਰਮਨੀ, ਲਿਕੀ ਮੋਲੀ ਦਾ ਪ੍ਰੋਡਕਟ ਹੈ। ਇਹ ਤਾਂ ਅਸੀਂ ਭਾਜੀ ਹਮੇਸ਼ਾ ਰੈਕਮੈਂਡ ਕਰਦੇ ਹਾਂ, ਭਲੇ ਤੁਸੀਂ ਬੇਸਿਕ ਕਰੋ ਚਾਹੇ ਪ੍ਰੀਮੀਅਮ ਸਰਵਿਸ ਕਰੋ, ਇਹ ਦੋ ਚੀਜ਼ਾਂ ਤੁਹਾਨੂੰ ਹੈਲਪ ਕਰਨਗੀਆਂ ਬਹੁਤ ਜ਼ਿਆਦਾ। ਠੀਕ ਹੈ। ਤੇ ਇਸ ਤੋਂ ਬਾਅਦ ਅਸੀਂ ਫਿਲਟਰਸ ਕਰ ਰਹੇ ਹਾਂ। ਫਿਲਟਰਸ ਕਹਾਂ ਪੇ? ਓਕੇ। ਤੇ ਫਿਲਟਰਸ ਭਾਈ ਵੀ ਅਸੀਂ ਅੱਜ ਕੱਲ ਆਪਣੇ ਕੋਲੇ, ਫਿਰ ਇਹ ਹੈਲਾ ਦੇ ਹੀ ਨੇ ਸਾਰੇ ਕਿ ਜਾਂ ਹੋਰ ਵੀ? ਭਾਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੈਲਾ ਤੇ ਹੀ ਸਾਡਾ ਸਟਰੋਂਗ ਬਿਲੀਫ ਹੈ। ਬਿਲੀਫ, ਓਕੇ। ਹੈਲਾ ਦੀ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਨਾ, ਇਹ ਦੇਖੋ ਜਰਮਨ ਇੰਜੀਨੀਅਰਿੰਗ, ਤੇ ਇਹਦੇ ਫਿਲਟਰ ਭਾਜੀ ਤੁਸੀਂ ਜੈਨੂਇਨ ਨਾਲ ਕੰਪੇਅਰ ਕਿਸੇ ਵੀ ਬੇਸਿਕ ਸੈਗਮੈਂਟ ਦੇ ਕਰਕੇ ਦੇਖ ਲਿਓ, ਦਿਸ ਇਜ਼ ਮਚ ਬੈਟਰ ਦੈਨ ਦੈਟ। ਐਂਡ ਆਲਸੋ ਇਹ ਇੱਕ ਸੂਟੇਬਲ ਪ੍ਰਾਈਸਿੰਗ ਤੇ ਤੁਹਾਨੂੰ ਮਿਲ ਜਾਂਦਾ, ਇਕਨੋਮਿਕਲ ਹੈ। ਠੀਕ ਹੈ, ਏਅਰ ਫਿਲਟਰ ਲਿਖਿਆ, ਕੈਬਨ ਫਿਲਟਰ, ਆਇਲ ਫਿਲਟਰ, ਫਿਊਲ ਫਿਲਟਰ, ਆਹ ਦੇਖੋ ਭਾਜੀ, ਆਹ ਕੱਢ ਕੇ ਇਹਨੂੰ ਫੀਲ ਕਰੋ ਕੁਆਲਿਟੀ ਨੂੰ, ਆਪਣੇ ਇੰਜਨ ਦੀ ਬਾਈ ਲਾਈਕ ਜਿੰਨਾ ਚਿਰ ਏਅਰ ਉਹਨੂੰ ਵਧੀਆ ਨੀ ਜਾਊਗੀ, ਇਨਟੇਕ ਨੀ ਜਾਊਗੀ, ਉਹਨਾਂ ਚਿਰ ਤੱਕ ਇਹਨੇ ਕੰਮ ਨੀ ਵਧੀਆ ਕਰਨਾ। ਬਾਕੀ ਇਹ ਸਾਰੇ ਫਿਲਟਰ ਨੇ ਇਹਨਾਂ ਕੋਲ ਇੱਥੇ ਅਵੇਲੇਬਲ ਨੇ। ਇੱਦਾਂ ਹੁਣ ਆਈ ਥਿੰਕ ਇਹ ਵਾਲਾ ਹੈਗਾ ਆ ਫਿਊਲ ਫਿਲਟਰ, ਹੈ ਉੱਤੇ ਲਿਖਿਆ ਹੀ ਹੋਇਆ ਹਨਾ, ਤੇ ਇਹ ਤੁਸੀਂ ਦੇਖ ਸਕਦੇ ਹੋ ਲਾਈਕ ਆਇਲ ਫਿਲਟਰ ਹੋਣਾ। ਠੀਕ ਹੈ, ਤੇ ਇਸ ਕਰਕੇ ਬਾਈ ਨਿੱਕੇ ਨਿੱਕੇ ਸਾਰਾ ਸੈਟਅਪ ਬਾਈ ਹੁਣ ਇੱਥੇ ਅਵੇਲੇਬਲ ਆ, ਤੇ ਆਪਾਂ ਇਹ ਵੀ ਲਾਈਕ ਚੇਂਜ ਕਰਾਂਗੇ। ਤੇ ਬਾਈ ਹੁਣ ਮੈਨੂੰ ਇੱਕ ਗੱਲ ਇਹ ਵੀ ਦੱਸ ਦਿਓ, ਹਾਂਜੀ, ਇਹਦੇ ਨਾਲ ਬਜਟ ਕਿੰਨਾ ਕੁ ਬਣ ਜੂਗਾ ਮੇਰਾ ਵੈਸੇ? ਹੁਣ ਇਹਨਾਂ ਨੂੰ ਆ ਹੀ ਦੱਸ ਦਿੰਦੇ ਆ ਬਾਈ, ਆ ਹੀ ਦੱਸ ਦਿੰਦੇ ਆ। ਓਕੇ, ਸਾਰਾ ਸਕਰੀਨਸ਼ਾਟ ਲੈ ਲੈਣ ਬਾਈ ਜਿੰਨੇ ਦੇਖ ਰਹੇ ਆ। ਅੱਛਾ, ਠੀਕ ਹੈ, ਚਾਰਟ ਹੈਗਾ ਤੇ ਸਾਰਾ ਹੀ ਬੇਸਿਕ ਸਰਵਿਸਿੰਗ ਦਾ। ਠੀਕ ਹੈ, ਮਰੂਤੀ, ਹਿਉਂਡਈ, ਟੋਇਟਾ, ਇਹ ਚੀਜ਼ ਹੈ, ਤੇ ਉਹਦੇ ਨਾਲ ਇਹ ਤਾਂ ਹੈਗੇ ਬੇਸਿਕ ਸਰਵਿਸ। ਬੇਸਿਕਲੀ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਇਹ ਤੁਸੀਂ ਚੂਜ਼ ਕਰ ਸਕਦੇ ਹੋ। ਮਰੂਤੀ ਦੀ 2900 ਦੀ ਕਰਾਉਣੀ ਹੈ, 5600 ਦੀ ਕਰਾਉਣੀ ਹੈ, 7400 ਦੀ ਕਰਾਉਣੀ ਹੈ, 9600 ਦੀ, 1100 ਦੀ, ਜਿਹੜੀ ਚਾਹੁੰਦੇ ਤੁਸੀਂ ਉਹ ਕਰਾ ਸਕਦੇ ਹੋ। ਸ਼ੁਰੂਆਤ ਜਿਹੜੀ ਇਹ ਵਾਲੇ ਪੈਕੇਜ ਹੈ ਨਾ ਭਾਜੀ, ਇਹ ਤਾਂ ਸਾਡੇ ਅਨਬੀਟੇਬਲ ਹੈ ਹੀ ਹੈ, ਤੁਸੀਂ ਕਿਤੇ ਟੈਸਟ ਕਰ ਲਓ। ਹਾਂ, ਮਤਲਬ ਉਦਾਂ ਕਿ ਬਾਕੀ ਜਿੱਦਾਂ ਥੋੜਾ ਕੋਈ ਚੀਜ਼ ਡਿਸਕ ਪੈਡ ਪੈਣ ਵਾਲੇ ਕੁਛ ਵੀ ਪੈਣ ਵਾਲਾ, ਉਹ ਚੀਜ਼ਾਂ ਐਕਸਟਰਾ ਨੇ, ਇਸ ਕਰਕੇ ਉਹ ਫਰਕ ਹੈ। ਇਹੀ ਗੱਲਾਂ ਨੇ ਬਾਈ, ਪ੍ਰੀਮੀਅਮ ਦੇ ਓਕੇ ਪ੍ਰਾਈਸਿੰਗ। ਪ੍ਰੀਮੀਅਮ ਦੇ ਵਿੱਚ ਸਾਡਾ ਸ਼ੁਰੂਆਤ ਹੀ ਲਿਕੀ ਮੋਲੀ ਇੰਜਨ ਆਇਲ ਹੀ ਪੈਂਦਾ, 1100-1700 ਦੇ ਵਿੱਚ ਲਿਕੀ ਮੋਲੀ ਇੰਜਨ ਆਇਲ, ਆਇਲ ਫਿਲਟਰ, ਕੰਪਲੀਟ ਕਾਰ ਹੈਲਥ ਚੈੱਕਅਪ, ਟੋਪ ਵਾਸ਼, ਲੇਬਰ ਸਕੈਨਿੰਗ, ਤੇ ਉਦੋਂ ਬਾਅਦ ਮੋਲੀਜਨ ਟੈਕਨੋਲੋਜੀ 14300, ਦੈਨ 1500-1900 ਜਿਹੜਾ ਟੋਪ ਟੈਕ ਹਲੇ ਤੁਹਾਡੀ ਗੱਡੀ ਚ ਪਾ ਰਹੇ ਹਾਂ, 1800-1300। ਦਿਸ ਇਜ਼ ਫੋਰ ਐਨੀ BMW, ਮਰਸੀਡੀਜ਼, ਆਡੀ, ਐਕਸੈਕਟ ਫੋਰ ਸੁਪਰ ਕਾਰ। ਤੇ ਅਪਰੋਕਸੀਮੇਟ ਏਅਰ ਫਿਲਟਰ ਦੀ ਪ੍ਰਾਈਸਿੰਗ 3000 ਰਹਿੰਦੀ ਹੈ, ਏਸੀ ਫਿਲਟਰ 3000, ਫਿਊਲ ਫਿਲਟਰ ਦੀ 4000 ਦੇ ਨੇੜੇ ਤੇੜੇ ਰਹਿੰਦੀ ਹੈ। ਇਹ ਅਪਰੋਕਸੀਮੇਟ ਪ੍ਰਾਈਸਿੰਗ ਚੇਂਜ ਹੋ ਜਾਂਦੀ ਹੈ। ਠੀਕ ਹੈ, ਓਕੇ, ਆਓ ਬਾਈ ਤੁਹਾਨੂੰ ਹੁਣ ਗਰਾਜ ਵਿਜ਼ਿਟ ਕਰਾਉਂਦੇ ਹਾਂ, ਕਿਉਂਕਿ ਨਾਲ ਨਾਲ ਆਪਾਂ ਵਲੌਗ ਲਾਉਂਦੇ ਹਾਂ। ਬਾਈ ਇੱਕ ਹੋਰ ਚੀਜ਼ ਇਹਦੀ ਸਾਰੇ ਦੇਖ ਸਕਦੇ ਕਿਹੜੀ ਗੱਡੀ ਕਿੰਨੇ ਚ ਹੋਣੀ ਹੈ। ਬਾਈ ਸਾਰੇ ਤੁਹਾਨੂੰ ਅੱਜ ਅਸੀਂ ਐਡਵਾਂਸ ਹੀ ਦੱਸਤਾ,
ਪਰ ਹੁਣ ਮੇਜਰ ਗੱਲ ਆਉਂਦੀ ਹੈ ਵੀ ਇਕੱਲਾ ਤੁਹਾਨੂੰ ਇਹ ਨਾ ਲੱਗੇ ਕਿ ਬਾਈ ਉਹਨਾਂ ਨੇ ਇੱਥੇ ਸਮਾਨ ਹੀ ਰੱਖਿਆ, ਉਹ ਤੁਹਾਨੂੰ ਗਰਾਜ ਵੀ ਵਿਖਾਉਂਦੇ ਆ ਜਿਹੜਾ ਕਿ ਲਾਈਕ ਪ੍ਰੋਪਰ ਸਿਸਟਮੈਟਿਕਲੀ ਸਾਰਾ ਯੂਜ਼ ਹੁੰਦਾ। ਬਾਈ ਹੁਣਾਂ ਕੋਲੇ ਆਪਦੇ ਪੇਂਟ ਬੂਥ ਨੇ, ਇੱਧਰ ਤੁਸੀਂ ਦੇਖ ਸਕਦੇ ਹੋ ਸਾਰਾ ਪੇਂਟ ਮਿਕਸਿੰਗ ਬੂਥ ਵਗੈਰਾ ਲੱਗਿਆ ਹੋਇਆ ਸਾਰਾ, ਅਸੀਂ ਆਲਵੇਜ਼ ਅਪਡੇਟ ਦਿੰਦੇ ਰਹਿੰਦੇ ਹਾਂ, ਇਹ ਕਿਤੋਂ ਲਿਆਉਂਦੇ ਨਹੀਂ ਇਹ ਕੁਛ ਵੀ, ਸਾਰਾ ਕੁਛ ਇਹਨਾਂ ਦਾ ਆਪਦਾ ਹੀ ਹੁੰਦਾ ਇੱਥੇ। ਭਾਈ ਸਟੈਂਡ ਆਫ ਦੇ ਅਸੀਂ ਆਥੋਰਾਈਜ਼ ਡੀਲਰ ਐਂਡ ਗੇਨ, ਠੀਕ ਹੈ, ਬਹੁਤ ਘੱਟ ਸ਼ਾਇਦ ਹੀ ਕੋਈ ਵਰਕਸ਼ਾਪ ਇੰਡੀਆ 'ਚ ਮਿਲੂਗੀ ਜਿਹੜੀ ਮਲਟੀ ਬ੍ਰਾਂਡ ਹੈ ਜਿਹੜੀ ਸਟੈਂਡ ਆਫ ਯੂਜ਼ ਕਰ ਰਹੀ ਹੈ, ਇਟ ਇਜ਼ ਵੈਰੀ ਐਕਸਪੈਂਸਿਵ ਪੇਂਟ, ਤਾਂ ਕਰਕੇ ਕੁਆਲਿਟੀ ਨਿਕਲਦੀ ਹੈ। ਸਟੈਂਡਾਕਸ ਆਫੀਸ਼ਲੀ ਅਪਰੂਵਡ ਹੈ BMW ਮਰਸੀਡੀਜ਼ ਆਉਡੀ ਤੋਂ, ਇਹ ਪੂਰੀ ਮਸ਼ੀਨ ਲੱਗੀ ਹੋਈ ਹੈ, ਟਿੰਟਰਸ ਕੋਈ ਵੀ ਬਾਹਰੋਂ ਪੇਂਟ ਬਣ ਕੇ ਨਹੀਂ ਆਉਣਾ, ਇੱਥੇ ਹੀ ਸਾਰਾ ਤਿਆਰ ਹੋਣਾ ਪੇਂਟ ਜਿੰਨਾ ਹੈਗਾ। ਇਸ ਕਰਕੇ ਭਾਈ ਇਹ ਵੀ ਚੀਜ਼ਾਂ ਹੈਗੀਆਂ ਅਵੇਲੇਬਲ ਨੇ ਇੱਥੇ, ਤੇ ਇਹਨਾਂ ਕੋਲ ਆਪਦੀਆਂ ਮਸ਼ੀਨਸ ਜਿਹੜੀਆਂ ਨੇ ਲਾਈਕ ਗ੍ਰਾਈਂਡਿੰਗ ਮਸ਼ੀਨਸ ਤੱਕ ਆਪਦੀਆਂ ਨੇ, ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਸਾਰਾ ਲਾਈਕ ਸਿਸਟਮ, ਜਿਪਸੀਸ ਵਗੈਰਾ ਵੀ ਰੀਸਟੋਰ ਕਰਦੇ ਆ, BMW ਲਗਜ਼ਰੀ ਸੈਗਮੈਂਟ ਖੜੇ, ਇਹ ਆਪਣੇ ਵਾਲੀ ਹੈ ਸਾਰਾ ਬਾਈ, ਇਹਨਾਂ ਨੇ ਇਹਨੂੰ ਲਿਫਟ ਕੀਤਾ ਹੋਇਆ ਸਾਰਾ ਕੁਛ, ਇਹਦੀ ਲੀਕੀ ਲੁਕੀ ਤਾਂ ਨਹੀਂ ਹੈਗੀ ਕਿਤੋਂ, ਠੀਕ ਹੀ ਹੈ ਬਾਕੀ, ਹੈ ਨਾ, ਤੇ ਬਾਕੀ ਬਾਈ ਗੱਡੀ ਲਿਫਟ ਹੋ ਗਈ, ਜਿੰਨਾ ਚਿਰ ਤੁਹਾਨੂੰ ਆਪ ਵੀ ਵੇਖਣ ਨੂੰ ਨਹੀਂ ਮਿਲਦਾ ਵੀ ਤੁਹਾਡੀ ਗੱਡੀ ਠੀਕ ਹੈ, ਸਾਰੀ ਓਕੇ ਹੈ, ਤੇ ਤਸੱਲੀ ਵੀ ਹੋ ਜਾਂਦੀ ਹੈ ਤੁਹਾਨੂੰ ਸਾਰੀ ਸਾਰੀ ਗੱਡੀ ਦੀ, ਤੇ ਨਾਲ ਬਹਿ ਕੇ ਕਰਾ ਸਕਦੇ ਹਾਂ, ਹਾਂ ਕੋਈ ਐਸਾ ਸਾਹਮਣੇ ਲੌਂਚ ਆ ਬਾਈ ਉੱਥੇ ਇਹਨਾਂ ਦਾ, ਲੌਂਚ ਵੀ ਦਿਖਾ ਦਿੰਨੇ ਆ, ਤੇ ਆਓ ਤੁਹਾਨੂੰ ਉਧਰ ਵੀ ਗੇੜਾ ਮਰਾ ਦਿੰਨੇ ਆ ਬਾਈ। ਫਿਰ ਅੱਜ ਕੱਲ ਇਹਦਾ ਕੀ ਚੱਲ ਰਿਹਾ ਆਪਣੇ ਕੋਲ ਲਾਈਕ ਸ਼ੈਵਰਲੇਟ ਦਾ? ਸ਼ੈਵਰਲੇਟ ਦਾ ਬਾਈ ਆਥੋਰਾਈਜ਼ਡ ਸਰਵਿਸ ਸੈਂਟਰ ਚੱਲੀ ਜਾ ਰਿਹਾ, ਸਾਰਾ ਚੱਲ ਰਿਹਾ, ਠੀਕ ਹੈ, ਪਾਰ ਸਾਰੇ ਅਵੇਲੇਬਲ ਹੈ ਸ਼ੈਵਰਲੇਟ ਦੇ, ਜਿਪਸੀਆਂ ਦਾ ਗਾਹ ਪਾਇਆ ਹੋਇਆ ਤੁਸੀਂ, ਤਿੰਨ ਤਿੰਨ ਖੜੀਆਂ ਦੇਖ ਲਈਆਂ, ਹੈ ਨਾ, ਓਕੇ ਠੀਕ ਹੈ, ਭਾਜੀ ਵਾਲੀ ਹੋਈ ਹੈ ਇਹ, ਮੇਰੇ ਵਾਲੀ ਹੈ, ਤੁਸੀਂ ਦੇਖ ਲਓ ਕੀ ਬਣਾਤਾ ਇਹਦਾ, ਇਹ ਵੈਸੇ ਕੋਈ ਬ੍ਰਦਰ ਹੈ ਆਪਣਾ, ਉਹਨੇ ਬਾਹਰ ਲੈ ਕੇ ਜਾਣੀ ਹੈ, ਇਹਦੇ ਲਈ ਉਹਨਾਂ ਨੇ ਇਹਨੂੰ ਲੈਫਟ ਹੈਂਡ ਸਾਈਡ ਸਾਰਾ ਕਰਿਆ, ਤੇ ਪ੍ਰੋਪਰ ਸਾਰੀ ਇਹਨੂੰ ਦੋਹਰੇ ਇਹਨਾਂ ਨੇ ਰੀਸਟੋਰ ਕਰਿਆ, ਪੇਂਟ ਵਰਕ ਵਗੈਰਾ ਸਾਰਾ ਐਵਰੀਥਿੰਗ ਇਹਦਾ ਉਹਨੇ ਪ੍ਰੋਪਰ ਰੈਡੀ ਹੋ ਗਈ ਹੈ ਨਾ। ਇਹ ਭਾਜੀ ਪ੍ਰਾਈਮਰ, ਇੱਕ ਮਿੰਟ ਲੱਗੀ ਤਾਂ ਨਹੀਂ, ਨਹੀਂ ਨਹੀਂ ਅੱਛਾ, ਇਹ ਪ੍ਰਾਈਮਰ ਇਹਦਾ ਸੈਂਡਿੰਗ ਹੋ ਚੁੱਕਾ, ਤੇ ਦੂਜੀ ਗੱਲ ਹੈ ਇਹ ਅੰਦਰ ਵਾਲਾ ਆਪਾਂ ਨੇ ਕੈਬਿਨ ਕੱਢ ਕੇ, ਓਕੇ, ਇੰਜਨ ਕੱਢ ਕੇ ਸਾਰਾ ਕੈਬਿਨ ਪੇਂਟ ਮਾਰਤਾ, ਇਹੀ ਪੇਂਟ ਹੋਣ ਵਾਲਾ ਹੈ ਭਾਜੀ, ਇਹ ਮਿਨਰਲ ਵੀ BMW ਦਾ ਪੇਂਟ ਹੈ ਜਿਹੜਾ ਵਾਈਟ ਕਰ ਰਹੇ, ਥੱਲੇ ਸਾਰੀ ਐਂਟੀ ਰਸਟ ਹੋ ਚੁੱਕੀ ਹੈ, ਹੁਣ ਇਹਦੀ ਸਟੋਨ ਚ ਪ੍ਰੋਟੈਕਸ਼ਨ ਹੋਊਗੀ ਕੋਟਿੰਗ ਪਹਿਲਾਂ, ਉਸ ਤੋਂ ਬਾਅਦ ਫਿਰ ਪੇਂਟ ਜੋਬ ਹੋਊਗਾ ਸਾਰਾ, ਇਹ ਆਪਾਂ ਨੇ ਉੱਪਰ ਵੈਂਟਸ ਨਵੇਂ ਇੰਟਰੋਡਿਊਸ ਕਰੇ ਜਿਪਸੀ ਦੇ ਵਿੱਚ, ਇਹ ਤਿਆਰ ਹੋ ਰਹੇ ਹੈ, ਦੈਨ ਇਹ ਬੋਨਟ ਦੇ ਵਿੱਚ ਵੈਂਟ ਤੁਹਾਨੂੰ ਮਿਲ ਜਾਊਗਾ, ਤੇ ਬੰਪਰ ਵਗੈਰਾ ਕਾਫੀ, ਇਹ ਬੰਪਰ ਵੀ ਆ ਭਾਈ, ਅੱਛਾ ਇਹ ਬੰਪਰ ਵਗੈਰਾ ਭਾਈ ਸਾਰਾ ਇਹ ਇਨ ਹਾਊਸ ਹੀ ਆ ਸਾਰਾ ਕੁਝ, ਇੱਥੇ ਇਨ ਹਾਊਸ ਫੈਬਰਿਕ ਹੈ ਭਾਈ, ਓਕੇ, ਇਹ ਬੰਪਰ ਤੁਸੀਂ ਦੇਖ ਸਕਦੇ ਹੋ, ਇਹ ਲੇਟੈਸਟ ਡਿਜ਼ਾਈਨ ਹੈ ਜਿਹੜਾ ਸਾਡਾ ਅਸੀਂ ਕੱਢਿਆ, ਇਹ BNC ਮਸ਼ੀਨ ਦੇ ਨਾਲ ਸਾਰੀ ਆਪਾਂ ਗ੍ਰਿਲਸ ਬਣਾਈ ਹੋਈ ਹੈ, ਬ੍ਰਾਂਡਿੰਗ ਮਿਲ ਜੂਗੀ SBA ਦੀ, ਇਹ ਵੀ ਹੈਂਡ ਫੈਬਰਿਕੇਟਡ ਸਾਰਾ ਬੰਪਰ ਹੈਗਾ ਜਿਹੜਾ ਪਿਛਲੇ ਵਾਲਾ ਲੱਗ ਰਿਹਾ, ਇਹ ਮੈਟਲ ਚ ਹੀ ਕਰਤਾ, ਹੈ ਨਾ, ਇਹ ਮੈਟਲ ਦੇ ਭਾਈ ਸਾਰਾ ਕੁਝ, ਠੀਕ ਹੈ, ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਸਾਰਾ ਇੱਥੇ ਲੱਗਿਆ ਹੋਇਆ ਸਿਸਟਮੈਟਿਕਲੀ ਕੰਮ ਹੁੰਦਾ, ਇਧਰ ਦਾ ਪੇਂਟ ਬੂਥ ਵਗੈਰਾ ਲੱਗਿਆ ਹੋਇਆ ਸਾਰਾ, ਤੇ ਇਹ ਵੀ ਵਰਕਿੰਗ ਦੇ ਵਿੱਚ ਹੀ ਹੁੰਦਾ, ਤੇ ਆਈ ਥਿੰਕ ਲਾਈਟ ਆਨ ਕਰ ਦੇਣਾ, ਬੰਦ ਹੋਣਾ ਚਾਹੀਦਾ ਭਾਈ, ਖਿੱਚੋ ਮੜਾ, ਇਹ ਬਾਈ ਥੋੜਾ ਜਿਹਾ ਹੈਵੀ ਸਿਸਟਮ ਹੈ, ਤੇ ਗਨਸ ਵਗੈਰਾ ਵੀ ਇਹਨਾਂ ਕੋਲੇ ਸਪੈਸ਼ਲ ਨੇ, ਕਿਉਂਕਿ ਲਗਜ਼ਰੀ ਸੈਗਮੈਂਟ ਨੂੰ ਵੀ ਲਾਈਕ ਜ਼ਿਆਦਾ ਪੇਂਟ ਵਗੈਰਾ ਕਰਦੇ ਆ, ਜਿਹਨਾਂ ਕੋਲ ਅੰਦਰ ਪਾਰਟਸ ਨਹੀਂ ਪਏ, ਪਰ ਕਈ ਵਾਰੀ ਬਹੁਤ ਹੀ ਲਾਈਕ ਇਹਨਾਂ ਨੇ ਵਧੀਆ ਤਰ੍ਹਾਂ ਦਾ ਕਲਰਸ ਵਗੈਰਾ ਇੰਟਰੋਡਿਊਸ ਵੀ ਕਰਦੇ ਹੁੰਦੇ ਆ, ਤੇ ਉਹਨਾਂ ਦੇ ਤੁਸੀਂ ਇੰਸਟਾਗ੍ਰਾਮ ਤੇ ਜ਼ਰੂਰ ਜਾ ਕੇ ਦੇਖਿਓ, ਉਹਨਾਂ ਨੇ ਬਹੁਤ ਸਾਰੇ ਅਪਡੇਟਸ ਪਾਏ ਹੋਏ ਆ। ਚਲੋ ਮੈਂ ਤੇ ਜਦੋਂ ਮੈਨੂੰ ਲੋੜ ਹੁੰਦੀ ਆ ਸਰਵਿਸਿੰਗ ਦੀ, ਮੈਂ ਉਦੋਂ ਹੀ ਆਉਂਦਾ, ਜਾਂ ਕੋਈ ਸਪੈਸ਼ਲ ਚੀਜ਼ ਤਿਆਰ ਕੀਤੀ ਹੋਵੇ ਫਿਰ ਅਸੀਂ ਆ ਜਾਈਦਾ ਬਾਈ ਕੋਲੇ, ਤੇ ਇਸ ਕਰਕੇ ਉਹ ਚੀਜ਼ਾਂ ਬੜੀ ਤਗੜੀ ਸਪੈਸ਼ਲ ਚੀਜ਼ ਤਿਆਰ ਹੋ ਰਹੀ ਹੈ, ਜੀਪ ਤਿਆਰ ਕਰ ਰਹੇ ਭਾਈ, ਫਿਰ ਕਵਰ ਕਰੂੰਗੇ, ਨਹੀਂ ਨਹੀਂ ਸ਼ੋਰ ਬਾਈ ਸ਼ੋਰ, ਕੋਈ ਚੱਕਰ ਨਹੀਂ, ਤੇ ਬਾਕੀ ਬਾਈ ਇਹ ਸਾਰਾ ਗਰਾਜ ਹੈ ਇਹਨਾਂ ਕੋਲ, ਆਈ ਡਿਟੇਲਿੰਗ ਸਟੂਡੀਓ ਵਗੈਰਾ ਹੈ, ਅਲੋਏ ਵੀਲਸ ਦੀ ਲਾਈਟ ਆਨ, ਤੇ ਇਧਰ ਹੋਰ ਵੀ ਹੈਗੇ ਆ। ਬਾਕੀ ਬਾਈ ਗੱਡੀ ਕਿਸੇ ਨੇ ਗੱਡੀ ਫੁੱਲ ਪੇਂਟ ਕਰਾਉਣੀ ਹੋਵੇ ਜਾਂ ਕੁਝ ਵੀ ਕਰਾਉਣਾ ਆ, ਉਹ ਵੀ ਬਾਈ ਹੁਣਾਂ ਕੋਲ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਆ। ਅੱਛਾ ਇੱਕ ਗਲਾਸ, ਓਕੇ,
ਇਹ ਅਲੋਏ ਵੀਲਸ ਬਰਨਾ ਦੇ ਪੇਂਟ ਕੀਤੇ ਆ, ਕਈ ਭਾਜੀ ਪੁੱਛਦੇ ਆ। ਤੁਸੀਂ ਇਹ ਕਲੋਜ਼ ਅਪ ਦੇਖ ਸਕਦੇ ਹੋ ਕਿੱਡੇ ਜਬੇ ਗਲੋਸ ਕੀਤੇ ਹਨਾ ਬਾਈ, ਇਹ ਕੁਆਲਿਟੀ ਦੇਖੋ। ਹਾਂਜੀ ਬਾਈ, ਗਲੋਸ ਲਾ ਕੇ ਓਕੇ ਬਾਈ। ਜਿੱਦਾਂ ਹੁਣ ਇਹ ਚਾਰ ਆਪਾਂ ਪੇਂਟ ਕਰਿਆ, ਫਿਰ ਇਹਦੀ ਕਿੰਨੀ ਕੁ ਕੋਸਟ ਆ ਜਾਂਦੀ ਹੈ ਆਈਡੀਆ? ਜਸਟ ਆਈਡੀਆ। ਬੇਸਿਕ ਬੇਸਿਕ ਸੈਗਮੈਂਟ ਦੇ ਵਿੱਚ ਭਾਈ 5000 ਪਰ ਅਲੋਏ, ਇਹ 20000 ਦੇ ਚਾਰ ਅਲੋਏ ਵੀਲਸ ਪੇਂਟ ਹੁੰਦੇ ਆ। ਠੀਕ ਹੈ। ਪ੍ਰੀਮੀਅਮ ਦੇ ਵਿੱਚ 7000 ਰੁਪਏ ਪਰ ਅਲੋਏ। ਸਾਰੇ ਭਰਾਵਾਂ ਨੂੰ ਪਤਾ ਸੀ, ਕਰਦੇ ਰਹਿੰਦੇ ਐਕਸੀਡੈਂਟਲ ਪਜੈਰੋ। ਅੱਛਾ, ਐਕਸੀਡੈਂਟਲ। ਓਕੇ, ਇਹਦੀ ਤਿਆਰੀ ਕਰ ਰਹੇ। ਠੀਕ ਹੈ। ਉਹਨੇ ਮਤਲਬ ਪਲਟਾ ਖਾਈ ਹੋਈ ਹੈ ਤੇ ਇਹਦੀ ਛੱਤ ਪਿਛਕ ਗਈ ਸੀਗੀ ਕਾਫੀ ਦਾਂਦ। ਹੁਣ ਇਹ ਦੇਖ ਸਕਦੇ ਆ ਤੁਸੀਂ ਕਿਤੋਂ ਲੱਗੂਗੀ ਨੀ ਤੁਹਾਨੂੰ ਕੋਈ। ਬੇਸ ਵਧੀਆ ਤਰੀਕੇ ਨਾਲ ਤਿਆਰ ਕਰਦੇ ਆ ਬਾਈ, ਤਾਂ ਹੀ ਫਾਇਦਾ। ਇੱਥੋਂ ਦੇਖੋ ਕਿੰਨੀ ਸਫਾਈ ਨਾਲ ਤਿਆਰ ਹੋ ਰਿਹਾ ਸਾਰਾ। ਬਾਕੀ ਬਾਈ ਤੁਸੀਂ ਉੱਪਰ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ, ਸਾਰੇ ਆਥੋਰਾਈਜ਼ਡ ਉਹਦੇ ਡੀਲਰ ਹੈ ਇਹ ਪ੍ਰੋਪਰ, ਜਿਹੜੇ ਸਾਰੇ ਬ੍ਰਾਂਡ ਦੇ ਨਾਲ ਤੁਹਾਨੂੰ ਮਿਲ ਜਾਣਗੇ। ਕਿਸੇ ਨੂੰ ਕੋਈ ਚੀਜ਼ ਗੱਡੀ ਵਾਸਤੇ ਚਾਹੀਦੀ ਉਹਦੇ ਲਈ ਵੀ ਡੀਲ ਕਰ ਸਕਦੇ ਹੋ। ਬਾਕੀ ਜੈਕ ਸਿਸਟਮ ਵਗੈਰਾ ਸਾਰਾ ਕੁਛ ਲੇਟੈਸਟ ਟੈਕਨੋਲੋਜੀ ਆ, ਸਾਰੇ ਇੰਜਨ ਵਗੈਰਾ ਵੱਡੇ ਵੀ ਹੈਗੇ ਆ। ਮਤਲਬ ਲਗਜ਼ਰੀ ਸੈਗਮੈਂਟ ਲਈ ਵੀ ਤੁਸੀਂ ਇੱਥੇ ਆ ਸਕਦੇ ਹੋ, ਕੋਈ ਉਹਦੇ 'ਚ ਇਸ਼ੂ ਨਹੀਂ ਹੈਗਾ। ਦੋਸਤੋ ਸਾਡੇ ਵਲੌਗ ਦੂਜਾ ਸ਼ੂਟ ਕਰਦਿਆਂ ਕਰਦਿਆਂ ਬਾਈ ਹੁਣਾਂ ਨੇ ਉਹਨੂੰ ਗੱਡੀ ਸਰਵਿਸਿੰਗ ਵੀ ਕਰਤੀ। ਇਹ ਬੈਨੀਫਿਟ ਹੈ ਜੇ ਤੁਸੀਂ ਪਹਿਲਾਂ ਅਪੁਆਇੰਟਮੈਂਟ ਲੈ ਕੇ ਆਉਂਦੇ ਹੋ, ਦੱਸ ਕੇ ਆਉਂਦੇ ਹੋ ਕਿ ਜਿਹੜੀ ਨੋਰਮਲ ਸਰਵਿਸ ਆ ਉਹ 'ਚ ਕੋਈ ਬਾਹਲਾ ਟਾਈਮ ਨਹੀਂ ਲੱਗਦਾ, 2-3 ਘੰਟੇ ਲੱਗਦੇ ਆ ਕੋਈ ਹੋਰ ਮੇਜਰ ਕੰਮ ਤੁਹਾਡਾ ਨਾ ਹੋਵੇ। ਅਤੇ ਇਸ ਕਰਕੇ ਰੇਟਸ ਵਗੈਰਾ ਵੀ ਅਸੀਂ ਦੱਸਦੇ ਸੀ, ਬਹੁਤ ਜੈਨੂਅਨ ਜੇ ਰੇਟਸ ਨੇ, ਸਾਰਾ ਕੁਛ ਆ, ਪ੍ਰੀਮੀਅਮ ਕੁਆਲਿਟੀ ਦੀ ਤੁਹਾਨੂੰ ਸਰਵਿਸਿੰਗ ਮਿਲ ਜਾਂਦੀ ਹੈ ਅਤੇ ਤੁਸੀਂ ਇੱਥੇ ਆ ਸਕਦੇ ਹੋ। ਅਤੇ ਆਈ ਨੋ ਕਿ ਬਾਕੀ ਹੋਰ ਚੀਜ਼ਾਂ ਵਾਸਤੇ ਵੀ ਤੁਹਾਨੂੰ ਆਉਣਾ ਚਾਹੀਦਾ ਇੱਥੇ, ਅਤੇ ਅਸੀਂ ਇੱਕ ਅਲੱਗ ਤੋਂ ਵਲੌਗ ਵੀ ਦਿੱਤਾ ਹੋਇਆ ਆਡੀਓ ਸੈਟਅਪ 'ਤੇ, ਅਤੇ ਆਡੀਓ ਸੈਟਅਪ ਉਹ ਤੁਹਾਨੂੰ ਕਿਤੇ ਨਹੀਂ ਮਿਲਣਾ ਜਿਹੜਾ ਅਸੀਂ ਵਲੌਗ 'ਚ ਬਣਾਇਆ ਅਤੇ ਨਾ। ਅਤੇ ਇਸ ਕਰਕੇ ਬਾਈ ਇਹ ਸੀ ਸਾਰਾ ਵਲੌਗ ਦੇ, ਜੇ ਕਿਸੇ ਦੀ ਕੋਈ ਇਨਕੁਆਇਰੀ ਡਿਟੇਲ ਹੋਵੇ ਤੁਸੀਂ ਚੱਲਦੇ ਹੋਏ ਨੰਬਰ 'ਤੇ ਕਾਲ ਕਰ ਸਕਦੇ ਹੋ ਫੋਰ ਮੋਰ ਡਿਟੇਲਸ। ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ, ਮਿਲਦੇ ਹਾਂ ਹੋਰ ਤੁਹਾਨੂੰ ਨਵਾਂ ਵਲੌਗ ਲੈ ਕੇ।